ਹੈਲੋ ਅਤੇ ਜਿਆਂ ਨੂੰ ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਦਿੱਲੀ ਦੀ, ਜਿੱਥੇ ਲੈਫਟਨ ਗਵਰਨਰ ਨਜੀਬ ਜੰਗ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਮਤਭੇਦ ਨੇ ਇੱਕ ਨਵਾਂ ਰੂਪ ਲੈ ਲਿਆ ਹੈ। ਹੁਣ ਆਪ ਅਤੇ ਮੋਦੀ ਸਰਕਾਰ ਯਾਨੀ ਕੇਂਦਰ ਸਰਕਾਰ ਇੱਕ ਦੂਜੇ 'ਤੇ ਸਿੱਧੇ ਵਾਰ ਕਰ ਰਹੇ ਨੇ। ਤੁਸੀਂ ਵੀ ਤਿਆਰ ਹੋ ਜਾਓ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ ਸਾਢੇ 5 ਵਜੇ ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ ਸਾਢੇ 8 ਵਜੇ ਲਾਈਵ ਹਰ ਹਫ਼ਤੇ ਮੰਡੇ ਤੋਂ ਫਰਾਈਡੇ ਦੇਖ ਸਕਦੇ ਹੋ। ਰੋਜ਼ ਵਾਂਗੂ ਤੁਸੀਂ ਲਾਈਵ ਸ਼ੋਅ ਵੇਲੇ ਕਾਲ ਕਰ ਸਕਦੇ ਜੇ, ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰ ਸਕਦੇ ਜੇ, ਵੱਖਰੇ ਵੱਖਰੇ ਮਸਲਿਆਂ 'ਤੇ ਆਪਣੇ ਤੁਸੀਂ ਦ੍ਰਿਸ਼ਟੀਕੋਣ ਦੇ ਸਕਦੇ ਜੇ। ਜਿਸ ਵੇਲੇ ਇਸ ਸ਼ੋਅ ਦੇ ਰਿਪੀਟ ਸ਼ੋਅ ਹੁੰਦੇ ਨੇ ਉਸ ਵੇਲੇ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ, ਸਵਾਲ ਜਵਾਬ ਨਹੀਂ ਕਰ ਸਕਦੇ। ਸਾਡੇ ਪੁਰਾਣੇ ਸ਼ੋਅ ਜਿਹੜੇ ਨੇ ਉਹ ਯੂਟਿਊਬ 'ਤੇ ਉਪਲਬਧ ਨੇ, ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਦੇਖ ਸਕਦੇ ਜੇ। ਦਿੱਲੀ ਵਿੱਚ ਆਪਾਂ ਦਿੱਲੀ ਦੀ ਗੱਲ ਕਰਾਂਗੇ ਪਹਿਲਾਂ। ਦਿੱਲੀ 'ਚ ਉੱਥੋਂ ਦੇ ਲੈਫਟਨ ਗਵਰਨਰ ਨਜੀਬ ਜੰਗ ਅਤੇ ਅਰਵਿੰਦ ਕੇਜਰੀਵਾਲ ਦਰਮਿਆਨ ਲੜਾਈ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਕੱਲ੍ਹ ਕੇਂਦਰ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤੀ ਜਿਸ ਵਿੱਚ ਇਹ ਸਾਫ਼ ਕਰ ਦਿੱਤਾ ਕਿ ਲੈਫਟਨ ਗਵਰਨਰ ਕੋਲ 4 ਮਹਿਕਮਿਆਂ ਦੇ ਪੂਰੇ ਅਧਿਕਾਰ ਨੇ। ਇਹ ਮਹਿਕਮੇ ਨੇ ਪੁਲਿਸ, ਪਬਲਿਕ ਆਰਡਰ, ਸਰਵਿਸਿਜ਼ ਅਤੇ ਜ਼ਮੀਨ ਯਾਨੀ ਲੈਂਡ। ਇਹਨਾਂ ਬਾਰੇ ਲੈਫਟਨ ਗਵਰਨਰ ਨੂੰ ਦਿੱਲੀ ਦੇ ਮੁੱਖ ਮੰਤਰੀ ਜਾਂ ਉਹਨਾਂ ਦੇ ਮੰਤਰੀ ਮੰਡਲ ਦੀ ਜਾਂ ਕਿਸੇ ਇੰਡੀਵਿਜੁਅਲ ਮੰਤਰੀ ਦੀ ਸਲਾਹ ਲੈਣ ਦੀ ਲੋੜ ਨਹੀਂ। ਇਹ ਵੀ ਕਿਹਾ ਗਿਆ ਕਿ ਦਿੱਲੀ ਸਰਕਾਰ ਦੀ ਐਂਟੀ ਕਰਪਸ਼ਨ ਬ੍ਰਾਂਚ ਕਿਸੇ ਵੀ ਕੇਂਦਰ ਸਰਕਾਰ ਦੇ ਯਾਨੀ ਸੈਂਟਰ ਦੇ ਅਧਿਕਾਰੀ ਜਾਂ ਅਫਸਰ ਖਿਲਾਫ਼ ਕਾਰਵਾਈ ਨਹੀਂ ਕਰ ਸਕਦੀ। ਇਸ ਨੋਟੀਫਿਕੇਸ਼ਨ ਦਾ ਮਤਲਬ ਹੋਇਆ ਕਿ ਕੇਂਦਰ ਨੇ ਇਸ ਚੱਲ ਰਹੀ ਜੰਗ ਵਿੱਚ ਲੈਫਟਨ ਗਵਰਨਰ ਦਾ ਸਾਥ ਦਿੱਤਾ ਹੈ ਅਤੇ ਮੁੱਖ ਮੰਤਰੀ ਨੂੰ ਗਲਤ ਸਾਬਤ ਕੀਤਾ ਹੈ। ਬਾਅਦ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਸਰਕਾਰ ਖਿਲਾਫ਼ ਬਹੁਤ ਸਖ਼ਤ ਬਿਆਨਬਾਜ਼ੀ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਿੱਲੀ 'ਚ ਬੈਕਡੋਰ ਰਾਹੀਂ ਪਿਛਲੇ ਰਸਤੇ ਰਾਹੀਂ ਦਖਲ ਦੇਣਾ ਚਾਹੁੰਦੀ ਹੈ ਅਤੇ ਆਪ ਸਰਕਾਰ ਨੂੰ ਫੇਲ ਕਰਨਾ ਚਾਹੁੰਦੀ ਹੈ। ਇਹ ਵੀ ਕਿਹਾ ਕਿ ਭ੍ਰਿਸ਼ਟ ਅਫਸਰਾਂ ਨੂੰ ਬਚਾਉਣਾ ਚਾਹੁੰਦੀ ਹੈ, ਯਾਨੀ ਕੇਂਦਰ ਸਰਕਾਰ ਜਿਹੜੀ ਆ, ਮੋਦੀ ਸਰਕਾਰ ਜਿਹੜੀ ਆ, ਉਹਨਾਂ ਕਿਹਾ ਕਿ ਭ੍ਰਿਸ਼ਟ ਅਫਸਰਾਂ ਨੂੰ ਬਚਾਉਣਾ ਚਾਹੁੰਦੀ ਹੈ। ਤਦੇ ਹੀ ਇਹ ਐਂਟੀ ਕਰਪਸ਼ਨ ਬ੍ਰਾਂਚ ਦੀਆਂ ਇੰਸਟਰਕਸ਼ਨਸ ਦਿੱਤੀਆਂ ਗਈਆਂ। ਕੇਜਰੀਵਾਲ ਨੇ ਇਲਜ਼ਾਮ ਲਾਇਆ ਕਿ ਇਸ ਵੇਲੇ ਕੇਂਦਰ ਸਰਕਾਰ ਅੰਗਰੇਜ਼ਾਂ ਦੀ ਸਰਕਾਰ ਵਾਂਗੂ ਉਹਨਾਂ ਨਾਲ ਵਰਤਾਵ ਕਰ ਰਹੀ ਹੈ। 1947 ਤੋਂ ਪਹਿਲਾਂ ਲੰਡਨ ਤੋਂ ਹੁਕਮ ਵਾਇਸ ਰਾਏ ਨੂੰ ਆਉਂਦੇ ਸੀ, ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਉਦੋਂ ਵਾਇਸ ਰਾਏ ਹੁੰਦੇ ਸਨ। ਇਸੇ ਤਰ੍ਹਾਂ ਹੁਣ ਹੁਕਮ PMO ਯਾਨੀ ਪ੍ਰਾਈਮ ਮਿਨਿਸਟਰਸ ਆਫਿਸ, ਨਰਿੰਦਰ ਮੋਦੀ ਸਾਹਿਬ ਦੇ ਆਫਿਸ ਤੋਂ ਲੈਫਟਨ ਗਵਰਨਰ ਨਜੀਬ ਜੰਗ ਨੂੰ ਹੁਕਮ ਜਿਹੜੇ ਆ ਉਹ ਆ ਰਹੇ ਨੇ। ਤੁਸੀਂ ਵੀ ਦੱਸੋ ਕਿ ਇਸ ਲੜਾਈ 'ਚ ਕੌਣ ਸਹੀ ਹੈ ਅਤੇ ਕੌਣ ਗਲਤ, ਕੀ ਕੇਂਦਰ ਨੂੰ ਇਹ ਨੋਟੀਫਿਕੇਸ਼ਨ, ਇਸ ਤਰ੍ਹਾਂ ਦੀ ਨੋਟੀਫਿਕੇਸ਼ਨ ਕਰਨੀ ਚਾਹੀਦੀ ਸੀ। ਕਾਫੀ ਕਾਲਰ ਸਾਡੇ ਨਾਲ ਜੁੜੇ ਆ ਔਰ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਆ। ਹੈਲੋ ਹੈਲੋ ਹਾਂਜੀ 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 ਭਾਜੀ ਹਾਂਜੀ ਕੌਣ ਬੋਲ ਰਹੇ ਭਾਈ ਜਾਨ? ਭਾਜੀ ਪਰਮਜੀਤ ਸਿੰਘ ਬੋਲ ਰਿਹਾ ਜੀ, ਨਿਊਯਾਰਕ ਤੋਂ। ਨਿਊਯਾਰਕ ਤੋਂ ਨਾਂ ਨਹੀਂ ਦੱਸਣਾ ਚਾਹੋਗੇ? ਪਵੀ ਸਿੰਘ ਹਾਂਜੀ ਹਾਂਜੀ ਪਵੀ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੇ? ਨਹੀਂ ਭਾਜੀ ਨਾਂ ਦੱਸ ਦੇ ਤੁਹਾਨੂੰ, ਪਰਮਜੀਤ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਹਾਂਜੀ ਪਰਮਜੀਤ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੇ? ਤੇ ਭਾਜੀ ਜਿਹੜੇ ਕੇਜਰੀਵਾਲ ਕੰਮ ਕਰ ਰਹੇ ਉਹ ਸਹੀ ਕਰ ਰਹੇ ਆ, ਜਿਹੜਾ ਸਾਡਾ ਮੋਦੀ ਹੈ ਇਹ ਤਾਂ ਕੁਛ ਨਹੀਂ ਕਰ ਰਿਹਾ, ਤੇ ਆਪਣੇ ਪਬਲਿਕ ਲਈ ਕਿਸੇ ਲਈ ਕੁਛ ਨਹੀਂ ਕਰ ਰਿਹਾ। ਸੋ ਤੁਹਾਡਾ ਮਤਲਬ ਇਹ ਆ ਵੀ ਜੋ ਇਹ ਜੰਗ ਚੱਲ ਰਹੀ ਆ, ਜੋ ਆਪਸ ਦੇ ਵਿੱਚ ਇੱਕ ਤਰੀਕੇ ਦਾ ਟਕਰਾਵ ਬਣਿਆ ਵਾ, ਇਹਦੇ 'ਚ ਕੇਜਰੀਵਾਲ ਸਹੀ ਨੇ ਔਰ ਮੋਦੀ ਜਿਹੜੇ ਆ ਉਹ ਕੁਝ ਨਹੀਂ ਕਰ ਰਹੇ। ਬਹੁਤ ਬਹੁਤ ਧੰਨਵਾਦ ਪੰਜੀਤ ਜੀ, ਆਪਣਾ ਤੁਸੀਂ ਵਿਚਾਰ ਜਿਹੜਾ ਵਾ ਸਾਡੇ ਨਾਲ ਸਾਂਝਾ ਕੀਤਾ। ਮੈਂ ਗੱਲ ਕਰ ਰਿਹਾ ਵਾਂ ਦਿੱਲੀ ਦੇ ਵਿੱਚ ਜਿਹੜਾ ਇਸ ਵੇਲੇ ਟਕਰਾਵ ਬਣਿਆ ਵਾ। ਪਹਿਲਾਂ ਇਹ ਟਕਰਾਵ ਲੈਫਟਨ ਗਵਰਨਰ ਅਤੇ ਚੀਫ ਮਿਨਿਸਟਰ ਦੇ ਵਿਚਕਾਰ ਸੀ, ਹੁਣ ਚੀਫ ਮਿਨਿਸਟਰ ਔਰ PMO ਆਫਿਸ ਦੇ ਵਿੱਚ ਬਿਆਨਬਾਜ਼ੀ ਇਸ ਵੇਲੇ ਹੋ ਰਹੀ ਆ। ਇੱਕ ਸੱਜਣ ਸਾਡੇ ਨਾਲ ਜੁੜੇ ਆ ਔਰ ਉਹਨਾਂ ਦੀ ਗੱਲ ਕਰਦੇ, ਉਹਨਾਂ ਦੇ ਵਿਚਾਰ ਜਿਹੜੇ ਆ, ਉਹਨਾਂ ਦਾ ਪ੍ਰਸਤਾਵ ਜਿਹੜਾ ਵਾ ਦੇਖਦੇ ਹਾਂ ਕੀ ਆ। ਹੈਲੋ ਹੈਲੋ ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਅਜੀਤ ਸਿੰਘ ਸੂਚ ਕੈਲੀਫੋਰਨੀਆ ਤੋਂ ਬੋਲਦਾ ਜੀ। ਹਾਂਜੀ ਅਜੀਤ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਇਹ ਭਾਈ ਸਾਹਿਬ ਜੀ ਜੋ ਕੁਛ ਵੀ ਹੋਇਆ 2-4 ਦਿਨ ਦੇ ਪਿੱਛੇ ਜੋ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ, ਔਰ ਬੜੀ ਸਾਨੂੰ ਹਿੰਦੁਸਤਾਨ ਨੂੰ ਬੜੀ ਇੱਕ ਬੜੀ ਆਸ ਮਿਲੀ ਸੀ ਆਪਣੇ ਆਮ ਆਦਮੀ ਪਾਰਟੀ ਅਮੀਰ ਤੋਂ ਜਿਹੜੀਆਂ ਕਿ ਸੈਂਟਰ ਗੌਰਮੈਂਟ ਇਹ ਨਹੀਂ ਚਾਹੁੰਦੀ ਕਿ ਜਿਹੜੀ ਕਰਪਸ਼ਨ ਦੇ ਬਰਖਿਲਾਫ਼ ਗੱਲਬਾਤ ਹੋਵੇ,
ਇਹ ਸਾਰਾ ਸਾਰਾ ਮਿਲੀ ਵਾਜ ਭੁਗਤ ਸਾਰੀ ਸੈਂਟਰ ਗੌਰਮੈਂਟ ਕਰ ਰਹੀ ਹੈ, ਜਿਹੜੀ ਕਿ ਬਿਲਕੁਲ ਗਲਤ ਹੈ ਸਾਡੇ ਹਿੰਦੁਸਤਾਨ ਦੇ ਲੋਕਾਂ ਵਾਸਤੇ, ਬਹੁਤ ਗਲਤ ਹੈਗੀ ਆ। ਸੂਚ ਸਾਹਿਬ, ਪਰ ਜਿਹੜਾ ਸੰਵਿਧਾਨ ਆ ਉਹ ਉੱਥੋਂ ਦੇ ਲੈਫਟਨ ਗਵਰਨਰ ਨੂੰ ਕੁਝ ਤਾਕਤਾਂ ਦਿੰਦਾ ਵਾ, ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿੰਨਾ ਚਿਰ ਤੱਕ ਸੰਵਿਧਾਨ ਦੇ ਵਿੱਚ ਸੋਧ ਨਾ ਹੋਵੇ, ਜੇ ਉਹ ਸੋਧ ਨਾ ਹੋਵੇ ਤੇ ਇਹ ਲੈਫਟਨ ਗਵਰਨਰ ਕੋਲ ਪਾਵਰ ਨੇ ਤੇ ਅਗਲਾ ਬੰਦਾ ਜਿਹਦੇ ਕੋਲ ਪਾਵਰ ਹੈ ਉਹ ਇਸਤੇਮਾਲ ਕਰਦਾ ਹੀ ਆ? ਭਾਈ ਸਾਹਿਬ, ਜਿਹੜੀ ਦਿੱਲੀ ਗੌਰਮੈਂਟ ਬਣੀ ਉਹਦਾ ਦਿੱਲੀ ਗੌਰਮੈਂਟ ਦਾ ਬਣਦਾ ਫਿਰ ਕੀ ਫਾਇਦਾ ਹੋਇਆ ਜੀ? ਬਿਲਕੁਲ, ਇਹ ਇੱਕ ਫੀਲਿੰਗ ਡੈਫੀਨੇਟਲੀ ਹੈ ਕਿ ਇਸ ਵੇਲੇ ਦਿੱਲੀ ਦੇ ਵਿੱਚ ਤੁਸੀਂ ਸਰਕਾਰ ਦਿੱਲੀ ਨੂੰ ਤੁਸੀਂ ਸਟੇਟ ਦਾ ਦਰਜਾ ਤਾਂ ਦੇ ਤਾ, ਉੱਥੇ ਲੈਜਿਸਲੇਚਰ ਵੀ ਲੈਣ ਦੀ, ਲੋਕ ਵੋਟਾਂ ਚੁਣ ਕੇ ਆਪਣੇ ਨੁਮਾਇੰਦੇ ਵੀ ਚੁਣ ਲੈਂਦੇ ਨੇ ਵੋਟਾਂ ਪਾ ਕੇ, ਲੇਕਿਨ ਉੱਥੇ ਐਗਜੈਕਟਿਵ ਪਾਵਰਸ ਜਿਹੜੀਆਂ ਵਾ ਉਹ ਦਿੱਲੀ ਸਰਕਾਰ ਨੂੰ ਇੱਕ ਯੂਨੀਅਨ ਟੈਰੀਟਰੀ ਵਰਗੀਆਂ ਐਗਜੈਕਟਿਵ ਪਾਵਰਸ ਆ, ਸੈਂਟਰ ਉੱਥੇ ਉਸੇ ਤਰ੍ਹਾਂ ਹੀ ਦਖਲ ਦੇ ਸਕਦਾ ਵਾ। ਇਹ ਡੈਫੀਨੇਟਲੀ ਇੱਕ ਫੀਲਿੰਗ ਹੈ ਔਰ ਮੇਰਾ ਖਿਆਲ ਆ ਇਹ ਕਾਫੀ ਹੱਦ ਤੱਕ ਸਹੀ ਫੀਲਿੰਗ ਆ। ਇੱਕ ਬਦਲਾਵ ਲਿਆਉਣ ਦੀ ਲੋੜ ਆ, ਪਰ ਜਿੰਨੇ ਚਿਰ ਤੱਕ ਬਦਲਾਵ ਨਹੀਂ ਆਉਂਦਾ ਉਨੇ ਚਿਰ ਤੱਕ ਲੈਫਟਨ ਗਵਰਨਰ ਕੋਲ ਇਹ ਚਾਰ ਮਹਿਕਮਿਆਂ ਦੀਆਂ ਐਬਸਲੂਟ ਪਾਵਰਸ ਨੇ, ਉਹ ਜੇ ਚਾਹੇ ਤੇ ਉੱਥੋਂ ਦੀ ਸਰਕਾਰ ਦੀ ਸਲਾਹ ਲੈ ਸਕਦੇ ਆ, ਜੇ ਨਾ ਚਾਹੇ ਤਾਂ ਭਾਵੇਂ ਨਾ ਸਲਾਹ ਲਵੇ। ਅਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਸਾਰੇ ਸ਼ਰੋਤਾ ਇਸ ਵੇਲੇ ਸਾਡੇ ਨਾਲ ਜੁੜੇ ਆ ਔਰ ਉਹਨਾਂ ਦਾ ਨਜ਼ਰੀਆ ਦੇਖਦੇ ਹਾਂ ਕੀ ਹੈ। ਹੈਲੋ, ਹਾਂਜੀ ਹਾਂਜੀ, ਹੈਲੋ, ਸੰਸਾ ਬੋਲ ਰਹੇ ਜੀ? ਹਾਂ ਬੋਲ ਰਿਹਾ ਜੀ, ਬਿਲਕੁਲ, ਤੁਸੀਂ ਔਨ ਏਅਰ ਜੇ ਭਾਈ ਜਾਨ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਸੰਧੂ ਸਾਹਿਬ, ਮੈਂ ਬ੍ਰੈਂਪਟਨ ਕੈਨੇਡਾ ਤੋਂ ਬੋਲ ਰਿਹਾ ਜੀ। ਹਾਂਜੀ, ਬ੍ਰੈਂਪਟਨ ਗ੍ਰੇਟਰ ਟੋਰਾਂਟੋ ਏਰੀਆ। ਹਾਂਜੀ ਭਾਈ ਜਾਨ, ਕੌਣ ਬੋਲ ਰਹੇ? ਜੀ ਸਰ, ਮੈਂ ਜਸਵੀਰ ਬੋਲ ਰਿਹਾ ਜੀ। ਹਾਂਜੀ ਜਸਵੀਰ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਵਿਚਾਰ ਰੱਖਣਾ ਚਾਹੁੰਦੇ ਜੀ? ਸਰ, ਆ ਜਿਹੜਾ ਤੁਸੀਂ ਟੌਪਿਕ ਲੈ ਕੇ ਆਏ ਹੋ ਇਹ ਬਹੁਤ ਵਧੀਆ ਟੌਪਿਕ ਹੈਗਾ ਇੱਕ ਤੇ ਜੀ ਜੀ। ਦੂਸਰੀ ਗੱਲ ਇਹ ਹੈ ਕਿ ਬਈ ਮੈਂ ਤੇ ਇਹ ਫੀਲ ਕਰਦਾ ਜੋ ਕੇਜਰੀਵਾਲ ਸਾਹਿਬ ਨਾਲ ਹੋ ਰਿਹਾ ਹੈ ਉਹ ਤੇ ਇਹ ਹੈ ਜਿਵੇਂ ਕੋਈ ਇੱਕ ਮਤਲਬ ਮਹੱਲੇ ਦੇ ਵਿੱਚ ਮਤਲਬ ਕਿ ਬਾਹਰੋਂ ਇਲਾਕੇ ਦੇ ਵਿੱਚੋਂ ਇੱਕ ਕੁੱਤਾ ਆ ਜਾਂਦਾ ਤੇ ਉਹਨੂੰ ਸਾਰੇ ਕੁੱਤੇ ਇੱਕੋ ਵਾਰੀ ਸਾਰਿਆਂ ਨੂੰ ਪੈ ਜਾਂਦੇ ਨੇ ਜੀ। ਇਹ ਉਹ ਚੀਜ਼ ਇਸ ਬੰਦੇ ਨਾਲ ਹੋ ਰਹੀ ਹੈ। ਹੀ ਇਜ਼ ਵੈਰੀ ਨਾਈਸ ਪਰਸਨ ਐਂਡ ਹੀ ਇਜ਼ ਵੈਰੀ ਓਨੈਸਟ, ਬਟ ਉਹਦੇ ਨਾਲ ਇਹ ਹੋ ਰਿਹਾ ਕਿ ਵੀ ਇਹਨੂੰ ਇਸ ਟਾਈਮ ਫੇਲ ਕਰਦੀ ਹੈ ਸਾਰੇ ਪਾਸਿਓਂ, ਸਾਰੇ ਪਾਸੇ ਉਹਨੂੰ ਫੇਲ ਹੋਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਉਹਨੂੰ ਐਗਜ਼ੈਕਟਲੀ ਪਾਵਰਲੈਸ ਕੀਤਾ ਗਿਆ, ਰਾਈਟ? ਐਗਜ਼ੈਕਟਲੀ ਐਕਚੁਅਲੀ। ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਬਈ ਇਹ ਐਕਚੁਅਲੀ ਦਿੱਲੀ ਨੂੰ ਇਹਨਾਂ ਨੇ ਇਨਫੈਕਟ ਸਟੇਟ ਨਹੀਂ ਹੈਗੀ ਹੈ, ਇਹ ਮੈਂ ਕੀ ਗੱਲ ਕਰਾਂਗਾ, ਇੱਕ ਕਾਰਪੋਰੇਸ਼ਨ ਹੈ, ਇਹ ਸੀਐਮ ਦੀ ਪਾਵਰ ਜਸਟ ਇੱਕ ਮੀਟਰ ਹੈ। ਬਿਲਕੁਲ ਸਹੀ ਫਰਮਾਇਆ ਜਸਵੀਰ ਜੀ, ਇਹ ਫੀਲਿੰਗ ਕਾਫੀ ਲੋਕਾਂ 'ਚ ਹੈ ਕਿ ਦਿੱਲੀ ਨੇ ਤੁਸੀਂ ਸਟੇਟ ਦਾ ਦਰਜਾ ਤਾਂ ਦਿੱਤਾ ਵਾ, ਵੈਸੇ ਫੁੱਲ ਸਟੇਟਹੁੱਡ ਦਾ ਦਰਜਾ ਤਾਂ ਨਹੀਂ ਦਿੱਤਾ, ਲੇਕਿਨ ਉਹ ਮਾੜਾ ਮੋਟਾ ਸਟੇਟਹੁੱਡ ਦਾ ਵੀ ਦਰਜਾ ਇੱਕ ਤਰੀਕੇ ਦਾ ਨਹੀਂ, ਔਰ ਇਹ ਜਾਂ ਤਾਂ ਇਹਨੂੰ ਯੂਨੀਅਨ ਟੈਰੀਟਰੀ ਵਾਂਗੂ ਇਹਨੂੰ ਯੂਜ਼ ਕਰ ਰਹੇ ਆ, ਜਾਂ ਇਹਨੂੰ ਵੇਖਿਆ ਜਾਂਦਾ ਵਾ, ਜਾਂ ਇਹਨੂੰ ਮਿਊਂਸਪਲ ਕਾਰਪੋਰੇਸ਼ਨ ਵਾਂਗੂ ਦੇਖਿਆ ਜਾਂਦਾ, ਔਰ ਲੋੜ ਆ ਉਹਨੂੰ ਫੁੱਲ ਸਟੇਟਹੁੱਡ ਦੇਣ ਦੀ। ਵੈਸੇ ਵੀ ਮੈਂ ਮੰਨਦਾ ਵਾਂ ਜਸਵੀਰ ਸਿੰਘ ਜੀ, ਕਿਉਂਕਿ ਹੁੰਦਾ ਵਾ ਕੀ ਆ ਕਿ ਪਬਲਿਕ ਆਰਡਰ ਅਤੇ ਪੁਲਿਸ ਇੱਕ ਸਰਕਾਰ ਦਾ ਫੇਸ ਹੁੰਦਾ, ਔਰ ਜੇ ਤੁਹਾਡੇ ਕੋਲ ਪਬਲਿਕ ਆਰਡਰ ਔਰ ਪੁਲਿਸ ਤੁਹਾਡੇ ਥੱਲੇ ਹੀ ਨਹੀਂ ਗੀ ਤਾਂ ਮੇਰੇ ਖਿਆਲ ਉੱਥੋਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਨਜ਼ਰ ਹੀ ਨਹੀਂ ਆ ਸਕਦੀ ਤੁਸੀਂ ਕੀ ਕਰ ਰਹੇ ਜੇ ਜਾਂ ਨਹੀਂ ਕੀ ਕਰ ਰਹੇ। ਤੁਸੀਂ ਸਾਇਲੈਂਟਲੀ ਜਿੰਨਾ ਮਰਜ਼ੀ ਕੰਮ ਚੰਗਾ ਕਰਦੇ ਰਹੋ, ਤਾਂ ਔਰ ਜੇ ਪੁਲਿਸ ਜਿਹੜੀ ਆ ਲੋਕਾਂ ਤੋਂ ਪੈਸੇ ਲੈਂਦੀ ਰਹੇ ਜਾਂ ਪੁਲਿਸ ਜਿਹੜੀ ਆ ਲੋਕਾਂ ਨੂੰ ਤੰਗ ਕਰੇ ਤਾਂ ਇਹੋ ਹੀ ਲੱਗਣਾ ਵਾ ਜੀ ਇਹੋ ਸਰਕਾਰ ਕਿਹੋ ਜਿਹੀ ਸਰਕਾਰ ਆ। ਸੋ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਫੁੱਲ ਸਟੇਟਹੁੱਡ ਦੇਣ ਦੀ ਦਿੱਲੀ ਨੂੰ ਲੋੜ ਹੈ। ਜਸਵੀਰ ਜੀ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ, ਤੁਹਾਡੀ ਕਾਲ ਦੀ ਸਾਨੂੰ ਇੰਤਜ਼ਾਰ ਰਹੂ। ਇੱਕ ਹੋਰ ਸ਼ਰੋਤਾ ਸਾਡੇ ਨਾਲ ਨੇ ਔਰ ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਜਿਹੜੀ ਇਸ ਵੇਲੇ ਦਿੱਲੀ ਦੇ ਵਿੱਚ ਜੰਗ ਚੱਲ ਰਹੀ ਆ ਉਹਦੇ 'ਤੇ ਕੀ ਨਜ਼ਰੀਆ ਵਾ। ਹੈਲੋ, ਹੈਲੋ, ਹਾਂਜੀ ਹਾਂਜੀ, ਮੈਂ ਹਰਜਿੰਦਰ ਸਿੰਘ ਬੋਲ ਰਿਹਾ ਜੀ, ਬੇਕਰਫੀਲਡ ਤੋਂ, ਕੈਲੀਫੋਰਨੀਆ ਤੋਂ। ਹਾਂਜੀ ਹਰਜਿੰਦਰ ਸਿੰਘ ਜੀ, ਸਵਾਗਤ ਹੈ, ਬਹੁਤ ਵਧੀਆ ਜਗ੍ਹਾ 'ਚ ਰਹਿੰਦੇ। ਮੈਂ ਪਿੱਛੇ ਜੇ ਬੇਕਰਫੀਲਡ ਹੋ ਕੇ ਆਇਆ ਵਾਂ ਔਰ ਅੱਜ ਕੱਲ੍ਹ ਮੌਸਮ ਮੇਰੇ ਖਿਆਲ ਹੋਰ ਵੀ ਬਹੁਤ ਵਧੀਆ ਉੱਥੇ ਜੀ। ਹਾਂਜੀ, ਥੈਂਕ ਯੂ ਵੈਰੀ ਮੱਚ ਫੋਰ ਦਾ ਕੰਪਲੀਮੈਂਟ। ਤੇ ਜਿਹੜੇ ਤੁਹਾਡਾ ਸਵਾਲ ਹੈਗਾ ਕਿ ਕੇਜਰੀਵਾਲ ਔਰ ਲੈਫਟੀਨੈਂਟ ਗਵਰਨਰ ਜਿਹੜੇ ਹੈਗੇ ਨੇ ਦਿੱਲੀ ਦੇ, ਜੋ ਇਹਨਾਂ ਵਿੱਚ ਟਸਲ ਚੱਲ ਰਹੀ ਹੈ, ਆਈ ਥਿੰਕ ਇਟ ਇਜ਼ ਏ ਪਾਰਸ਼ਲੀ ਇਟ ਇਜ਼ ਏ ਕ੍ਰੀਏਟਿਡ ਵਨ। ਓਕੇ, ਤੇ ਇਹਦੇ ਵਿੱਚ ਇਹ ਹੈ ਕਿ ਥੋੜੀ ਮੋਟੀ ਦੇਖਿਆ ਜਾਵੇ ਚੀਫ ਮਿਨਿਸਟਰ ਦੇ ਉੱਤੇ ਲੈਫਟੀਨੈਂਟ ਗਵਰਨਰ ਤੋਂ ਚੈੱਕ ਤਾਂ ਹੋਣੀ ਚਾਹੀਦੀ ਹੈ, ਬਿਕੋਜ਼ ਦੈਨ ਚੀਫ ਮਿਨਿਸਟਰ ਬਿਕਮ ਐਬਸੋਲੂਟਲੀ ਅਥਾਰਿਟੀ, ਐਂਡ ਫਿਰ ਉਹ ਬੜੇ ਇਹੋ ਜਿਹੇ ਵੀ ਕੰਮ ਕਰਦੇ ਆ ਜਿਹੜੇ ਦੋ ਦੇ ਆਰ ਕੰਸਟੀਟਿਊਸ਼ਨਲੀ ਰਾਈਟ ਬਟ ਦੇ ਆਰ ਨਾਟ ਗੁੱਡ ਫਾਰ ਦਾ ਪਬਲਿਕ। ਠੀਕ ਹੈ ਜੀ,
ਪਰ ਇਸ ਮਾਮਲੇ ਦੇ ਵਿੱਚ ਆਪਾਂ ਕਹੀਏ ਕਿ ਵੀ ਮੈਨੂੰ ਲੱਗਦੀ ਹੈ ਵੀ ਇਹ ਤਾਂ ਸੈਂਟਰ ਦਾ ਐਵੇਂ ਹੱਥ ਜਿਵੇਂ ਕਹਿੰਦੇ ਵੀ ਆਪਣਾ ਹੱਥ ਬਣਾਉਂਦੇ ਐਲ ਜੀ ਦੇ ਥਰੂ ਉਹ ਕੇਜਰੀਵਾਲ ਨੂੰ ਨਾ ਕੰਮ ਕਰਨ ਵਾਲੀ ਗੱਲ ਹੋ ਰਹੀ ਹੈ। ਹਰਜਿੰਦਰ ਸਿੰਘ ਜੀ, ਦੋ ਗੱਲਾਂ ਵਾਂ। ਦੇਖੋ, ਇੱਕ ਤਰੀਕੇ ਨਾਲ ਤਾਂ ਇਹ ਕ੍ਰੀਏਟਡ ਲੱਗਦੀ ਹੈ ਡੈਫੀਨੇਟਲੀ। ਇਨਫੈਕਟ ਅੱਗੇ ਵੀ ਇਹ ਪ੍ਰੋਬਲਮ ਤਾਂ ਸੀ ਕਿਉਂਕਿ ਕੁਝ ਪਾਵਰਸ ਜਿਹੜੀਆਂ ਵਾਂ ਉਹ ਲੈਫਟਨ ਗਵਰਨਰ ਕੋਲ ਹੀ ਹਨ। ਪਰ ਅੱਗੇ ਇਸ਼ੂ ਇਹ ਸੀਗਾ ਕਿ ਉੱਥੇ ਜਦੋਂ ਸ਼ੀਲਾ ਦੀਕਸ਼ਿਤ ਪ੍ਰਧਾਨ ਉੱਥੋਂ ਦੇ ਮੁੱਖ ਮੰਤਰੀ ਸਨ ਅਤੇ ਉਦੋਂ ਪ੍ਰਧਾਨ ਮੰਤਰੀ ਵੀ ਉਹਨਾਂ ਦੀ ਉਸੇ ਪਾਰਟੀ ਦਾ ਸੀ, ਸੋ ਇਸ ਕਰਕੇ ਕੋਈ ਬਹੁਤਾ ਟਕਰਾਵ ਨਹੀਂ ਸੀ ਆਉਂਦਾ। ਉਹ ਜਾ ਕੇ ਮਿਲ ਕੇ ਸੁਲਝਾ ਲੈਂਦੇ ਸੀ ਮਸਲਾ। ਹੁਣ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਤੇ ਦਿੱਲੀ ਦੇ ਵਿੱਚ ਔਰ ਕੇਂਦਰ ਦੇ ਵਿੱਚ ਭਾਜਪਾ ਐਨ ਡੀ ਏ ਦੀ ਸਰਕਾਰ ਆ, ਸੋ ਆਪਸ ਦੇ ਵਿੱਚ ਇਸ ਕਰਕੇ ਟਕਰਾਵ ਹੋ ਰਿਹਾ। ਲੇਕਿਨ ਇਹ ਵੀ ਮੈਂ ਕਹਿਣਾ ਚਾਹੁੰਦਾ ਵੀ ਇੱਕ ਫੀਲਿੰਗ ਇਹ ਵੀ ਹੈ ਕਿ ਕਿਉਂਕਿ ਚੀਫ ਸੈਕਟਰੀ ਸਿਰਫ 10 ਦਿਨ ਲਈ ਬਾਹਰ ਗਏ ਸੀ, ਸੋ ਕੇਜਰੀਵਾਲ ਨੂੰ ਸ਼ਾਇਦ ਇੰਨਾ ਇਸ਼ੂ ਐਸਕਲੇਟ ਨਹੀਂ ਸੀ ਕਰਨਾ ਚਾਹੀਦਾ ਜਿੰਨਾ ਉਹਨਾਂ ਨੇ ਕਰ ਦਿੱਤਾ ਵਾ। ਪਰ ਉੱਥੇ ਫਿਰ ਮਸਲਾ ਇਹ ਬਣਦਾ ਵਾ ਵੀ ਇਹ ਇੱਕ ਚੀਫ ਸੈਕਟਰੀ ਦਾ ਮਸਲਾ ਨਹੀਂ ਗਾ, ਇਹ ਬੇਸਿਕਲੀ ਇੱਕ ਪ੍ਰਿੰਸੀਪਲ ਦਾ ਇਸ਼ੂ ਆ। ਇਟਸ ਅ ਮੈਟਰ ਆਫ ਪ੍ਰਿੰਸੀਪਲ ਵੀ ਇਹ ਜਿਹੜੀਆਂ ਨਿਯੁਕਤੀਆਂ ਵਾਂ ਜਾਂ ਜਿਹੜੀਆਂ ਬਦਲੀਆਂ ਵਾਂ ਇਹ ਕੌਣ ਕਰ ਸਕਦਾ। ਔਰ ਮੈਂ ਮੰਨਦਾ ਵਾਂ ਕਿ ਇਹ ਬਦਲੀਆਂ ਜਿਹੜੀਆਂ ਵਾਂ ਇੱਕ ਚੁਣੀ ਹੋਈ ਸਰਕਾਰ ਨੂੰ ਹੀ ਕਰਨੀਆਂ ਚਾਹੀਦੀਆਂ। ਲੈਫਟਨ ਗਵਰਨਰ ਹੋਣੇ ਜ਼ਰੂਰ ਚਾਹੀਦੇ ਆ, ਤੁਸੀਂ ਜਿਵੇਂ ਕਿਹਾ ਸਹੀ ਤਰੀਕੇ ਨਾਲ ਚੈੱਕ ਵੀ ਹੋਣੀ ਚਾਹੀਦੀ ਉਹਨਾਂ ਦੀ, ਕਿਉਂਕਿ ਕਹਿੰਦੇ ਆ ਨਾ ਵੀ ਪਾਵਰ ਕਰਪਟਸ ਐਂਡ ਐਬਸਲੂਟ ਪਾਵਰ ਕਰਪਟਸ ਐਬਸਲੂਟਲੀ, ਸੋ ਚੈੱਕ ਜ਼ਰੂਰ ਹੋਣੀ ਚਾਹੀਦੀ ਹੈ। ਲੇਕਿਨ ਲੈਫਟਨ ਗਵਰਨਰ ਇੱਕ ਪੈਰਲਲ ਅਥਾਰਟੀ ਵਜੋਂ ਨਹੀਂ ਫੰਕਸ਼ਨ ਕਰ ਸਕਦੇ। ਔਰ ਮੇਰਾ ਖਿਆਲ ਆ ਜੋ ਕੱਲ੍ਹ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਆ ਉਹ ਇਸ ਤਰ੍ਹਾਂ ਦੀ ਨੋਟੀਫਿਕੇਸ਼ਨ ਕਰਨ ਦੀ ਨਹੀਂ ਲੋੜ ਸੀ। ਹਰਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਜੁੜੇ ਆ, ਉਹਨਾਂ ਦੀ ਗੱਲ ਸੁਣਦੇ ਹਾਂ। ਹੈਲੋ, ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹ ਗੱਲ ਇੱਦਾਂ ਜੀ ਵੀ ਇਹਨਾਂ ਨੂੰ 15-20 ਸਾਲ ਹੋ ਗਿਆ ਸੀ ਉਡੀਕਦੇ ਨੂੰ ਦਿੱਲੀ ਦਾ ਰਾਜ, ਪਰ 15 ਸਾਲ ਤਾਂ ਕਾਂਗਰਸ ਰਹੀ। ਪਿਛਲੀ ਵਾਰੀ ਵੀ ਕੇਜਰੀਵਾਲ ਨੇ ਡਿੱਕਾ ਪਾ ਦਿੱਤਾ ਜੀ, ਤੇ ਐਤਕੀ ਤਾਂ ਉਹ ਬਹੁ ਮਤੇ ਲੈ ਗਏ। ਇਸ ਕਰਕੇ ਰਾਜ ਕਰਨਾ ਚਾਹੁੰਦੀ ਭਾਜਪਾ ਦਿੱਲੀ ਦੇ ਵਿੱਚ, ਤੇ ਇਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਕੀ ਇਹਨਾਂ ਨੂੰ ਸਰਕਾਰ ਨੂੰ ਡਿਸਮਿਸ ਕਰ ਸਕਦੀ ਹੈ ਜੀ ਕੋਈ ਬਹਾਨਾ ਬਣਾ ਕੇ ਦਿੱਲੀ ਜੀ ਨੂੰ? ਪਹਿਲਾਂ ਤੁਸੀਂ ਇੰਟਰੋਡਕਸ਼ਨ ਦੇ ਦਿਓ, ਕੌਣ ਬੋਲ ਰਹੇ? ਮੈਂ ਸੁਰਿੰਦਰ ਸਿੰਘ ਬੋਲਦਾ ਕੈਲੀਫੋਰਨੀਆ। ਹਾਂਜੀ ਸੁਰਿੰਦਰ ਸਿੰਘ ਜੀ, ਨਹੀਂ ਡਿਸਮਿਸ ਕਰਨਾ ਤਾਂ ਬਹੁਤ ਮੁਸ਼ਕਲ ਆ, ਬਹੁਤ ਰੌਲਾ ਪੈ ਜੂਗਾ ਮੇਰੇ ਖਿਆਲ, ਬਹੁਤ ਵੱਡੀ ਐਜੂਟੇਸ਼ਨ ਸ਼ੁਰੂ ਹੋ ਜੂਗੀ। ਮੇਰੇ ਖਿਆਲ ਡਿਸਮਿਸ ਤਾਂ ਕਰ ਹੀ ਨਹੀਂ ਸਕਦੇ, ਔਰ ਉਹ ਵੀ ਉਹ ਸਰਕਾਰ ਨੂੰ ਡਿਸਮਿਸ ਕਰਨਾ ਜਿਹਨਾਂ ਨੇ 70-67 ਸੀਟਾਂ ਲਈਆਂ ਵਾ, ਸਵਾਲ ਹੀ ਨਹੀਂ ਪੈਦਾ ਹੁੰਦਾ ਡਿਸਮਿਸ ਕਰ ਦੂ। ਇਹ ਜ਼ਰੂਰ ਆ ਵੀ ਉਹਨਾਂ ਨੂੰ ਸਰਕਾਰ ਨੂੰ ਜਿਹੋ ਜਿਹੀ ਸਪੋਰਟ ਕੇਂਦਰ ਨੂੰ ਦੇਣੀ ਚਾਹੀਦੀ ਹੈ ਜਾਂ ਨੋਰਮਲੀ ਕੇਂਦਰ ਦਿੰਦਾ ਰਿਹਾ ਵਾ, ਉਹ ਸਪੋਰਟ ਨਹੀਂ ਮਿਲੂਗੀ। ਔਰ ਤੁਸੀਂ ਇੱਕ ਤਰੀਕੇ ਨਾਲ ਸਰਕਾਰ ਨੂੰ ਕ੍ਰਿਪਲ ਕਰ ਸਕਦੇ ਆ, ਉਹਨਾਂ ਨੂੰ ਕਮਜ਼ੋਰ ਕਰ ਸਕਦੇ ਆ। ਆਫਟਰਆਲ ਹਰ ਸਰਕਾਰ ਜਿਹੜੀ ਆ ਕੇਂਦਰ 'ਤੇ ਕਈ ਮਸਲਿਆਂ ਦੇ ਵਿੱਚ ਨਿਰਭਰ ਹੁੰਦੀ ਆ। ਫੰਡਸ ਆਉਂਦੀਆਂ ਵਾਂ, ਫੰਡਸ ਜੇ ਨਾ ਆਉਣ ਜਾਂ ਹੋਰ ਅੜਿੱਕੇ ਸਰਕਾਰਾਂ ਜਿਹੜੀਆਂ ਵਾਂ ਕੇਂਦਰ ਸਰਕਾਰਾਂ ਪਾ ਸਕਦੀਆਂ ਵਾਂ, ਸੋ ਕਮਜ਼ੋਰ ਜ਼ਰੂਰ ਕਰੂਗੀ। ਮੇਰੇ ਖਿਆਲ ਡਿਸਮਿਸ ਕਰਨ ਦਾ ਮੇਰੇ ਖਿਆਲ ਐਟਲੀਸਟ ਐਜ਼ ਆਫ ਨਾਓ ਡਿਸਮਿਸ। ਕੱਲ੍ਹ ਨੂੰ ਜੇ ਉੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਜ਼ਿਆਦਾ ਵਿਗੜ ਜਾਵੇ ਉਹਦੇ 'ਤੇ ਵੀ ਡਿਸਮਿਸ ਨਹੀਂ ਕਰ ਸਕਦੀ, ਕਿਉਂਕਿ ਲਾਅ ਐਂਡ ਆਰਡਰ ਤਾਂ ਸਰਕਾਰ ਕੋਲ ਹੈ ਹੀ ਨਹੀਂ, ਉਹਦੇ ਲੈਫਟਨ ਗਵਰਨਰ ਕੋਲ ਆ। ਸੋ ਜੇ ਪੁਲਿਸ ਦੇ ਅਗੇਂਸਟ ਕੱਲ੍ਹ ਨੂੰ ਐਲੀਗੇਸ਼ਨ ਲੱਗੇ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਉਹ ਵੀ ਲੈਫਟਨ ਗਵਰਨਰ ਜ਼ਿੰਮੇਵਾਰ ਹੈ। ਇਨਫੈਕਟ ਮੇਰਾ ਖਿਆਲ ਆ ਕਿ ਕੇਂਦਰ ਸਰਕਾਰ ਆਪਣੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਲੈ ਰਹੀ ਹੈ। ਕਿਸੇ ਵੇਲੇ ਵੀ ਸਿਚੁਏਸ਼ਨ ਇਹੋ ਜਿਹੀ ਵਿਗੜ ਸਕਦੀ ਆ ਵੀ ਕਿਸੇ ਦੇ ਉੱਤੇ ਇਲਜ਼ਾਮ ਲੱਗ ਜਾਏ, ਬਹੁਤ ਵੱਡਾ ਪੁਲਿਸ ਦੇ ਉੱਤੇ ਇਲਜ਼ਾਮ ਲੱਗ ਜਾਏ, ਔਰ ਉਹ ਲੈਫਟਨ ਗਵਰਨਰ ਦੇ ਉੱਤੇ ਸਿਰ 'ਤੇ ਗੱਲ ਪੈ ਜਾਣੀ ਹੈ। ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਹੈਲੋ, ਹੈਲੋ, ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ। ਮੈਂ ਇੰਡੀਆਨਾ ਪੋਲਿਸ ਯੂ ਐਸ ਏ ਤੋਂ ਬੋਲ ਰਿਹਾ ਜੀ। ਕੌਣ ਜੀ? ਗੁਰਦੀਪਕ ਸਿੰਘ। ਹਾਂਜੀ ਗੁਰਦੀਪਕ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਪਹਿਲੀ ਵਾਰੀ ਕਾਲ ਕਰ ਰਹੇ? ਹਾਂਜੀ ਹਾਂਜੀ, ਪਹਿਲੀ ਵਾਰੀ ਕਾਲ ਕਰ ਰਹੇ। ਬਹੁਤ ਮਿਹਰਬਾਨੀ, ਪਰ ਕਾਲ ਕਰਦੇ ਰਹੋ, ਇਹ ਅਖੀਰੀ ਕਾਲ ਨਹੀਂ ਹੋਣੀ ਚਾਹੀਦੀ ਤੁਹਾਡੀ। ਨਹੀਂ ਨਹੀਂ ਜੀ, ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਕਿੰਨੀ ਦੇਰ ਹੋ ਗਈ ਗੁਰਦੀਪਕ ਜੀ ਉੱਥੇ? ਹਾਂਜੀ, ਮੈਨੂੰ ਜੀ 1 ਸਾਲ ਹੀ ਹੋਇਆ ਜੀ ਆਏ ਨੂੰ। ਕਿੱਥੋਂ ਗਏ ਸੀ? ਇੱਥੋਂ ਇੰਡੀਆ ਤੋਂ? ਇੱਥੋਂ ਪਟਿਆਲੇ ਤੋਂ ਜੀ, ਇੱਥੋਂ ਪੰਜਾਬ ਤੋਂ। ਰਜਵਾੜੇ ਸ਼ਹਿਰ ਨੂੰ ਛੱਡ ਕੇ ਤੁਸੀਂ ਇੰਡੀਆਨਾ ਚਲੇ ਗਏ? ਹਾਂਜੀ। ਬਸ ਜੀ, ਕੀ ਕਰੀਏ ਫਿਰ, ਰੋਜੀ ਰੋਟੀ ਲਿਆਉਂਦੀ ਆ, ਦਾਣੇ ਪਾਣੀ ਨੇ ਜਿੱਥੇ ਆ ਗਏ ਬਸ, ਠੀਕ ਹੈ ਜੀ। ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਆਪਾਂ ਮਸਲਾ ਵਿਚਾਰ ਰਹੇ ਹਾਂ? ਮਸਲਾ ਸੰਧੂ ਸਾਹਿਬ ਤੁਹਾਡਾ ਅੱਜ ਬਹੁਤ, ਪਹਿਲਾਂ ਤਾਂ ਮੈਂ ਬਹੁਤ ਵਧੀਆ ਮਸਲਾ ਚੁਣਿਆ ਤੁਸੀਂ ਜੀ, ਪਰ ਇੱਕ ਮੈਂ ਗੱਲ ਕਹਿਣੀ ਚਾਹਾਂਗਾ ਵੀ ਜੀ, ਆਪਾਂ ਕਹੀ ਜਾਈਏ ਵੀ ਕੇਜਰੀਵਾਲ ਦੇ ਹੱਕ 'ਚ ਆਪਾਂ ਸੁਣਾਂਗੇ, ਆਪਾਂ ਕੇਜਰੀਵਾਲ ਦੇ ਹੱਕ 'ਚ ਬੋਲੀ ਜਾਈਏ, ਆਪਾਂ ਐਲ ਟੀ ਨੂੰ ਮਤਲਬ ਐਲ ਜੀ ਨੂੰ ਭੰਡੀ ਜਾਈਏ, ਪਰ ਮੈਂ ਇੱਥੇ ਇੱਕ ਮਸਲਾ ਚੱਕਣਾ ਚਾਹਾਂਗਾ ਕਿ ਆਪਾਂ ਨੂੰ ਸ਼ੁਰੂ ਤੋਂ ਹੀ ਪਤਾ ਹੈ ਕਿ ਇਹ ਯੂਨੀਅਨ ਟੈਰੀਟਰੀ ਹੈ, ਇਹਦੇ 'ਚ ਸੰਵਿਧਾਨ ਲਿਖਿਆ ਗਿਆ, ਸੰਵਿਧਾਨ 'ਚ ਉਹ ਪੁਆਇੰਟ ਹੈਗੇ ਨੇ ਜੀ। ਸੋ ਕਰਨਾ ਕੀ ਚਾਹੀਦਾ ਫਿਊਚਰ ਦੀ ਰਾਜਨੀਤੀ 'ਤੇ, ਜਾਂ ਫਿਊਚਰ ਦੇ ਪੁਆਇੰਟ 'ਤੇ ਮੈਂ ਬੋਲਣਾ ਚਾਹਾਂਗਾ ਕਿ ਆਪ ਨੂੰ ਚਾਹੀਦਾ ਹੈ ਕਿ ਇਕੱਠੇ ਹੋ ਕੇ
ਅੱਗੇ ਪੰਜਾਬ ਬਾਰੇ ਸੋਚਿਆ ਜਾਵੇ, ਬਿਹਾਰ ਬਾਰੇ ਸੋਚਿਆ ਜਾਵੇ, ਦਿੱਲੀ ਚ ਕੰਮ ਕਰਦੇ ਰਹਿਣ, ਭੱਜਣ ਨਾ, ਅਸਤੀਫਾ ਨਾ ਦੇਣ, ਕੰਮ ਕਰਦੇ ਰਹਿਣ। ਲੋਕ ਬਹੁਤ ਸਿਆਣੇ ਨੇ ਜੀ, ਲੋਕ ਸਾਰਾ ਕੁਛ ਦੇਖਦੇ ਨੇ, ਲੋਕਾਂ ਨੂੰ ਆਲਰੇਡੀ ਸਾਰਾ ਕੁਛ ਪਤਾ। ਪੰਜਾਬ ਜਿੱਤ ਲੈਣ, ਬਿਹਾਰ ਜਿੱਤ ਲੈਣ, ਅੱਗੇ ਸਟੇਟਸ ਜਿੱਤਣ, ਹੌਲੀ ਹੌਲੀ ਇਹੋ ਜਿਹੀ ਸਿਚੁਏਸ਼ਨ ਪੈਦਾ ਕਰ ਦੇਣ ਸੈਂਟਰ ਲਈ ਕਿ ਇਹਦਾ ਹੱਲ ਉਹਨਾਂ ਨੂੰ ਆਪ ਹੀ ਕੱਢਣਾ ਪਵੇ। ਦੇਖੋ ਜੀ, ਮਾਹੌਲ ਬਣਦਾ ਬਣਦਾ ਹੀ ਬਣਦਾ। ਆਪਾਂ ਅੱਜ ਕਹਿਣ ਲੱਗ ਜਾਈਏ ਕਿ ਸੈਂਟਰ ਗਲਤ ਕਰ ਰਹੀ ਹੈ, ਸੈਂਟਰ ਤਾਂ ਗਲਤ ਕਰੂਗੀ ਹੀ ਹੁਣ, ਕਿਉਂਕਿ ਉਹਨਾਂ ਨੇ ਤਾਂ ਆਪਣਾ ਕੰਮ ਚਲਾਉਣਾ। ਬਿਲਕੁਲ, ਬੜਾ ਇੰਟਰਸਟਿੰਗ ਪਰਸਪੈਕਟਿਵ ਹੈ ਤੁਹਾਡਾ, ਨਜ਼ਰੀਆ ਵਾ, ਪਰ ਥੋੜ੍ਹੀ ਜਿਹੀ ਲੰਬੀ ਗੱਲ ਪੈ ਜਾਣੀ ਹੈ। ਜੋ ਤੁਸੀਂ ਹੱਲ ਲੱਭ ਰਹੇ ਜੇ ਵੀ ਪਹਿਲਾਂ ਬਿਹਾਰ ਜਿੱਤਿਆ ਜਾਵੇ, ਇਹਦਾ ਮਤਲਬ ਆ ਵੀ ਕਰੀਬ ਕਰੀਬ 8-9 ਮਹੀਨੇ ਸਾਲ ਹੀ ਲਾ ਲਓ, ਉਸ ਤੋਂ ਬਾਅਦ ਪੰਜਾਬ ਹੋਰ ਇੱਕ ਸਾਲ ਗਾਂ, ਸੋ ਇਹ ਘੱਟ ਤੋਂ ਘੱਟ ਵੀ 2-2.5 ਸਾਲ ਦੀ ਗੱਲ ਪੈ ਗਈ। ਉਨੇ ਚਿਰ ਦੇ ਵਿੱਚ ਦਿੱਲੀ ਦੇ ਵਿੱਚ, ਕਿਉਂਕਿ ਤੁਸੀਂ ਦਿੱਲੀ ਦੇ ਵਿੱਚ ਇੱਕ ਬਹੁਤ ਬਹੁਮਤ ਲੈ ਕੇ ਸੱਤਾ 'ਚ ਆਏ ਜੇ, ਔਰ ਬਹੁਤ ਪ੍ਰੋਮਿਸਿਸ ਤੁਸੀਂ ਕੀਤੇ ਆ, 2.5 ਸਾਲ ਦੇ ਵਿੱਚ ਲੋਕ ਜਿਹੜੇ ਆ ਉੱਥੇ ਉਹ ਬਹੁਤ ਰੈਸਟਲੈਸ ਹੋ ਜਾਣਗੇ ਵੀ ਇਹ ਸਰਕਾਰ ਜਿਹੜੀ ਆ ਕੁਝ ਕਰ ਹੀ ਨਹੀਂ ਰਹੀ, ਕਿਉਂਕਿ ਜੇ ਇਹ ਅਧਿਕਾਰ ਸਰਕਾਰ ਕੋਲ ਨਹੀਂ ਹੋਣਗੇ ਤਾਂ ਸਰਕਾਰ ਦੇ ਹੱਥ ਬੰਨੇ ਆ, ਕੁਝ ਬਹੁਤਾ ਕੁਝ ਨਹੀਂ ਕਰ ਸਕਦੀ। ਜਿਵੇਂ ਮੈਂ ਕਿਹਾ ਕਿ ਪਬਲਿਕ ਆਰਡਰ ਅਤੇ ਪੁਲਿਸ ਜਿਹੜੀ ਹੈ ਨਾ, ਸਰਕਾਰ ਦਾ ਇੱਕ ਮੁਖੜਾ ਹੁੰਦਾ, ਸੋ ਜੇ ਤੁਹਾਡੇ ਕੋਲ ਪਬਲਿਕ ਆਰਡਰ ਔਰ ਪੁਲਿਸ ਹੀ ਹੈ ਨਹੀਂ, ਔਰ ਨਾਲ ਲੈਂਡ ਵੀ ਹੈ ਨਹੀਂ ਤੁਹਾਡੇ ਕੋਲ, ਆਫਟਰਆਲ ਤੁਸੀਂ ਲੈਂਡ ਰਿਫੋਰਮਸ ਲਿਆਉਣੇ ਆ, ਜੇ ਤੁਸੀਂ ਹਾਊਸਿੰਗ ਪ੍ਰੋਜੈਕਟਸ ਲਿਆਉਣੇ ਆ, ਜਾਂ ਤੁਸੀਂ ਹੋਰ ਸਮਾਜ ਦੇ ਪ੍ਰੋਜੈਕਟਸ ਲਿਆਉਣੇ ਆ, ਤਾਂ ਤੁਹਾਡੇ ਕੋਲ ਲੈਂਡ ਦੇ ਉੱਤੇ ਤੁਹਾਡੇ ਕੋਲ ਕੰਟਰੋਲ ਹੀ ਕੋਈ ਨਹੀਂ ਗਾ। ਸੋ ਔਰ ਸਰਵਿਸਿਜ਼ ਫਿਰ ਤੁਸੀਂ ਅਧਿਕਾਰੀ ਜਿਹੜੇ ਆਪਣੇ ਤਰੀਕੇ ਦੇ, ਜਿਹੜੇ ਤੁਹਾਨੂੰ ਲੱਗਦਾ ਵਾ ਵੀ ਓਨੈਸਟ ਆ, ਭ੍ਰਸ਼ਟ ਨਹੀਂ ਗਏ, ਜਿਹੜਾ ਜਿਨ੍ਹਾਂ ਦੇ ਵਿੱਚ ਇੰਥੂਜ਼ੀਆਜ਼ਮ ਆ, ਉਹੋ ਜਿਹੇ ਅਧਿਕਾਰੀ ਲਿਆਉਣੇ ਆ, ਤੁਸੀਂ ਉਹੋ ਜਿਹੇ ਅਧਿਕਾਰੀ ਵੀ ਸ਼ਾਇਦ ਪੋਸਟ ਨਹੀਂ ਕਰ ਸਕੋਗੇ। ਸੋ ਮੇਰਾ ਖਿਆਲ ਆ ਇਹ ਤਾਂ ਠੀਕ ਆ ਕਿ ਬਿਹਾਰ ਪੰਜਾਬ ਵੱਲ ਨੂੰ ਤੁਸੀਂ ਨਾਲ ਨਾਲ ਆਪਣੀ ਤਿਆਰੀ ਕਰਨੀ ਚਾਹੀਦੀ ਆ, ਪਰ ਇਹ ਮਸਲੇ ਨੂੰ ਥੋੜ੍ਹਾ ਜਿਹਾ ਐਸਕਲੇਟ ਜ਼ਰੂਰ ਕਰਨਾ ਪਊ। ਬਿਲਕੁਲ, ਅਸਤੀਫੇ ਦੇਣ ਦੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਅਸਤੀਫਾ ਕਿਉਂ ਦੇਣਾ ਵਾ, ਇਹ ਮਸਲੇ ਤਾਂ ਉੱਠਦੇ ਰਹਿਣਗੇ, ਪਰ ਇਹਨੂੰ ਕਈ ਪੱਧਰ 'ਤੇ ਚੁੱਕਣਾ ਪਊਗਾ, ਲੋਕਾਂ ਨੂੰ ਨਾਲ ਲੈਣਾ ਪਊਗਾ, ਸੁਪਰੀਮ ਕੋਰਟ ਕੋਲ ਜਾਣਾ ਪਊਗਾ। ਸੁਪਰੀਮ ਕੋਰਟ ਓਬਵੀਅਸਲੀ, ਜੇ ਸੁਪਰੀਮ ਕੋਰਟ ਕੋਲ ਜਾਣਗੇ ਤਾਂ ਸੁਪਰੀਮ ਕੋਰਟ 'ਤੇ ਕੋਨਸਟੀਟਿਊਸ਼ਨਲ ਪੋਜੀਸ਼ਨ ਲਊਗਾ, ਔਰ ਕੋਨਸਟੀਟਿਊਸ਼ਨ ਪੋਜੀਸ਼ਨ ਜਿਹੜੀ ਆ ਉਹ ਇਸ ਵੇਲੇ ਲੈਫਟਨ ਗਵਰਨਰ ਨੂੰ ਸਪੋਰਟ ਕਰੂ, ਕਿਉਂਕਿ ਉਹਨਾਂ ਕੋਲ ਅਧਿਕਾਰ ਨੇ। ਪਾਰਲੀਮੈਂਟ ਦੇ ਵਿੱਚ ਤੁਹਾਡੇ ਕੋਲ ਪਾਵਰ ਹੀ ਹੈ ਨਹੀਂ, ਉੱਥੇ 4 ਬੰਦੇ ਆ ਤੁਹਾਡੇ ਕੋਲ, ਉਹ ਵੀ ਪੰਜਾਬ ਦੇ ਬੰਦੇ ਆ, ਮੇਰੇ ਖਿਆਲ ਉਹ ਇਸ ਤਰ੍ਹਾਂ ਦੀ ਆਰਗੂਮੈਂਟ ਜਿਹੋ ਜਿਹੀ ਕਰਨ ਦੀ ਲੋੜ ਹੈ ਸ਼ਾਇਦ ਨਹੀਂ ਕਰ ਸਕਣਗੇ। ਠੀਕ ਹੈ, ਭਗਵੰਤ ਮਾਨ ਚੰਗੇ ਬੁਲਾ ਰਹੇ ਆ, ਧਰਮਵੀਰ ਗਾਂਧੀ ਵੈਸੇ ਹੀ ਦੂਸਰੇ ਧੜੇ ਦੇ ਨਾਲ ਗਏ ਆ, ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤੀਆਂ ਆਪਸ਼ਨਸ ਉਹਨਾਂ ਕੋਲ ਨਹੀਂ ਹਨ, ਲੇਕਿਨ ਆਪਸ਼ਨ ਇਹੋ ਹੀ ਆ ਵੀ ਉਹ ਰੌਲਾ ਪਾਉਂਦੇ ਰਹਿਣ ਔਰ ਪਬਲਿਕ ਨੂੰ ਆਪਣੇ ਨਾਲ ਲੈ ਕੇ ਚੱਲਣ ਔਰ ਮੀਡੀਆ ਨੂੰ ਆਪਣੇ ਨਾਲ ਲੈ ਕੇ ਚੱਲਣ। ਪਿੱਛੇ ਜੇ ਕੇਜਰੀਵਾਲ ਨੇ ਮੀਡੀਆ ਨੂੰ ਵੀ ਨਾਰਾਜ਼ ਕਰ ਲਿਆ, ਉਹ ਵੀ ਇਹਨਾਂ ਨੇ ਗਲਤ ਕੀਤਾ। ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ। ਇੱਕ ਹੋਰ ਸਾਡੇ ਕਾਲਰ ਨੇ ਸਾਡੇ ਨਾਲ, ਉਹਨਾਂ ਦਾ ਦੇਖਦੇ ਹਾਂ ਕੀ ਨਜ਼ਰੀਆ ਵਾ ਜਿਹੜਾ ਆਪਾਂ ਸਾਰਿਆਂ ਦੇ ਨਾਲ ਸਾਂਝਾ ਕਰਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਅਨਿਲ ਜੋਸ਼ੀ ਬੋਲ ਰਿਹਾ ਇੰਡੀਆਨਾ ਤੋਂ। ਹਾਂਜੀ ਜੋਸ਼ੀ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਹਾਂਜੀ, ਮੈਂ ਪਹਿਲੀ ਦਫਾ ਕਾਲ ਕਰ ਰਿਹਾ ਤੁਹਾਡੇ ਸ਼ੋਅ 'ਚ। ਇਹ ਜਿਹੜਾ ਦਿੱਲੀ 'ਚ ਝਗੜਾ ਹੈਗਾ, ਇਹ ਲੈਫਟੀਨੈਂਟ ਗਵਰਨਰ ਜਿਹੜੇ ਨੇ ਜਿੱਦਾਂ ਕੇਜਰੀਵਾਲ ਦੇ ਵਿੱਚ, ਉਹਨਾਂ ਨੂੰ ਆਪਣੀ ਜੋਬ ਸਿਕਿਉਰਿਟੀ ਦਾ ਚੱਕਰ ਹੈਗਾ, ਕਿਉਂਕਿ ਜਿੱਦਾਂ ਬੀਜੇਪੀ ਨੇ ਹੋਰ ਰਾਜਿਆਂ ਸਟੇਟ 'ਚ ਗਵਰਨਰ ਚੇਂਜ ਕੀਤੇ ਆ, ਐਂਡ ਹੀ ਇਜ਼ ਵਰੀ ਅਬਾਊਟ ਹਿਜ਼ ਓਨ ਜੋਬ ਸਿਕਿਉਰਿਟੀ। ਇੱਦਾਂ ਦਾ ਡਿਸੀਜਨ ਇਹਨਾਂ ਨੂੰ ਦੇਸ਼ ਦੇ ਲੈਣਾ ਚਾਹੀਦਾ, ਨਾ ਕਿ ਆਪਸ 'ਚ ਲੜਾਈ ਹੋਣੀ ਚਾਹੀਦੀ ਇਹਨਾਂ 'ਚ, ਕਿਉਂਕਿ ਇਹ ਕੇਜਰੀਵਾਲ ਜਨਤਾ ਦਾ ਚੁਣਿਆ ਇੱਕ ਮੁੱਖ ਮੰਤਰੀ ਆ, ਉਹਨੂੰ ਜ਼ਿਆਦਾ ਪਾਵਰ ਹੋਣੀ ਚਾਹੀਦੀ। ਮੈਂ ਸਮਝਦਾ ਹਾਂ ਕਿ ਲੈਫਟੀਨੈਂਟ ਗਵਰਨਰ ਨੂੰ ਵੀ ਪਾਵਰ ਹੋਣੀ ਚਾਹੀਦੀ, ਔਰ ਲੈਫਟੀਨੈਂਟ ਗਵਰਨਰ ਪਹਿਲਾਂ ਵੀ ਕਾਂਗਰਸ ਦੀ ਪਾਰਟੀ ਸੀਗੇ। ਮੈਂ ਮੰਨਦਾ ਤੁਹਾਡੇ ਵਿਚਾਰਾਂ ਨਾਲ ਕਿ ਸਰਕਾਰ ਕਾਂਗਰਸ ਦੀ ਸੀਗੀ, ਲੇਕਿਨ ਇਹਨਾਂ ਨੂੰ ਦਿੱਲੀ ਦੇ ਇੱਕ ਡਿਸੀਜਨ ਲੈਣਾ ਚਾਹੀਦਾ, ਤਾਂ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਸੈਂਟਰਲ ਗੌਰਮੈਂਟ ਦੇ ਬਿਨਾਂ ਤਾਂ ਕੇਜਰੀਵਾਲ ਕੰਮ ਹੀ ਨਹੀਂ ਕਰ ਸਕਦੇ। ਲੈਫਟੀਨੈਂਟ ਗਵਰਨਰ ਨੂੰ ਤਾਂ ਸੈਂਟਰਲ ਗੌਰਮੈਂਟ ਨੂੰ ਦੇ ਸ਼ੁੱਡ ਸਪੋਰਟ ਦਾ ਕੇਜਰੀਵਾਲ ਆਲ ਦੈਟ। ਬਿਲਕੁਲ ਜੋਸ਼ੀ ਜੀ, ਕਿੰਨੀ ਦੇਰ ਹੋ ਗਈ ਤੁਹਾਨੂੰ USA ਗਿਆ ਨੂੰ? ਮੈਨੂੰ ਜੀ 29 ਸਾਲ ਹੋ ਗਏ। ਤੇ ਇੱਥੋਂ ਕਿੱਥੋਂ ਗਏ ਤੁਸੀਂ? ਮੈਂ ਹੁਸ਼ਿਆਰਪੁਰ। ਤੇ ਹੁਸ਼ਿਆਰਪੁਰ ਆਉਂਦੇ ਰਹਿੰਦੇ ਕਿ ਹੁਣ ਨਹੀਂ ਆਉਂਦੇ ਵਾਪਸ? ਜੀ ਮੈਂ ਸਾਲ 'ਚ 2 ਵਾਰੀ ਜਾਂਦਾ ਹੁਣ ਉੱਥੇ, ਹੁਸ਼ਿਆਰਪੁਰ ਨਵਾਂ ਸ਼ਹਿਰ ਜਾਂਦਾ ਹੁਣ ਉੱਥੇ। ਓਕੇ ਜੋਸ਼ੀ ਜੀ, ਸਾਨੂੰ ਆਸ ਹੈ ਕਿ ਇਸੇ ਤਰ੍ਹਾਂ ਤੁਸੀਂ ਕਾਲ ਕਰਦੇ ਰਹੋਗੇ। ਬਿਲਕੁਲ ਚੰਗਾ ਤੁਸੀਂ ਮਸਲਾ ਤੁਸੀਂ ਆਪਣਾ ਦ੍ਰਿਸ਼ਟੀਕੋਣ ਦਿੱਤਾ ਵਾ। ਨਜੀਬ ਜੰਗ ਕੈਰੀਅਰ ਡਿਪਲੋਮੈਟ ਨੇ ਔਰ ਸ਼ਾਇਦ ਉਹ ਡੈਫੀਨੇਟਲੀ ਵਰਿਡ ਹੋਣਗੇ ਆਪਣੀ ਪੋਜੀਸ਼ਨ ਬਾਰੇ ਵੀ, ਪਰ ਇਸ ਕੇਸ ਦੇ ਵਿੱਚ ਮੇਰਾ ਆਪਣਾ ਵਿਚਾਰ ਆ ਕਿ ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ ਸਰਕਾਰ, ਜਿਵੇਂ ਜੋਸ਼ੀ ਜੀ ਨੇ ਕਿਹਾ ਕਿ ਸਰਕਾਰ ਨੂੰ ਸਪੋਰਟ ਕਰਨਾ ਬਣਦਾ ਉਹਨਾਂ ਦਾ, ਜੋ ਦੇਸ਼ ਦੇ ਹਿੱਤ ਦੇ ਵਿੱਚ ਹੈ, ਲੋਕਾਂ ਦੇ ਹਿੱਤ ਦੇ ਵਿੱਚ ਹੈ, ਉਹ ਕੰਮ ਕਰਨਾ ਚਾਹੀਦਾ ਆਪਣੇ ਆਪ ਨੂੰ ਸਿਕਿਓਰ ਕਰਨ ਲੱਗੇ। ਮੇਰੇ ਖਿਆਲ ਇਸ ਤਰ੍ਹਾਂ ਆਪਣੇ ਆਪ ਨੂੰ ਉਹ ਸਿਕਿਓਰ ਨਹੀਂ ਕਰ ਸਕਣਗੇ, ਕਿਉਂਕਿ ਜੇ ਰੌਲਾ ਵੱਧਦਾ ਰਿਹਾ, ਜੇ ਲੜਾਈ ਵੱਧਦੀ ਰਹੀ, ਤਾਂ ਅਰਵਿੰਦ ਕੇਜਰੀਵਾਲ ਦਾ ਕੁਝ ਨਹੀਂ ਵਿਗੜ ਸਕਦਾ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਨੁਕਸਾਨ ਲੈਫਟਨ ਗਵਰਨਰ ਦਾ ਹੀ ਹੋਊਗਾ ਜੇ ਉੱਥੇ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ
ਔਰ ਇਹ ਬਣ ਸਕਦੀ ਆ ਜੇ ਇਸੇ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਨੂੰ ਕਮਜ਼ੋਰ ਕਰਦੇ ਰਹਿਣਗੇ, ਕਿਉਂਕਿ ਅਰਵਿੰਦ ਕੇਜਰੀਵਾਲ ਕੋਲ ਕੀ ਆਪਸ਼ਨ ਆ, ਉਹ ਲੋਕਾਂ ਕੋਲ ਜਾਣਗੇ, ਐਜੀਟੇਸ਼ਨਲ ਅਪਰੋਚ ਅਡੋਪਟ ਕਰਨਗੇ, ਔਰ ਉਹ ਨਾ ਦਿੱਲੀ ਵਾਸਤੇ, ਨਾ ਦਿੱਲੀ ਦੇ ਲੋਕਾਂ ਵਾਸਤੇ, ਅਤੇ ਜਾਂ ਨਾ ਦੇਸ਼ ਦੇ ਹਿੱਤ ਦੇ ਵਿੱਚ ਹੋਊਗੀ। ਇੱਕ ਹੋਰ ਸੱਜਣ ਨੇ, ਉਹਨਾਂ ਦੀ ਗੱਲ ਅਸੀਂ ਸੁਣ ਕੇ ਫਿਰ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ, ਪਰ ਇਹ ਮਸਲਾ ਅਸੀਂ ਅੱਜ ਡਿਟੇਲ ਦੇ ਵਿੱਚ ਵਿਚਾਰਨਾ ਵਾ, ਸੋ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਇੱਕ ਹੋਰ ਕਾਲਰ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣਦੇ ਫਿਰ ਬ੍ਰੇਕ ਲਵਾਂਗੇ। ਹੈਲੋ, ਹੈਲੋ, ਹਾਂਜੀ, ਹੈਲੋ, ਹਾਂਜੀ ਭਾਈ ਜਾਨ, ਤੁਸੀਂ ਔਨ ਏਅਰ ਜੇ, ਦੱਸੋ। ਮੈਂ ਬਲਦੇਵ ਸਿੰਘ ਬੋਲਣ ਡਿਆ ਜੀ, ਆਪਣੇ ਯੂਬਾ ਸਿਟੀ, ਯੂਬਾ ਸਿਟੀ ਤੋਂ। ਹਾਂਜੀ ਹਾਂਜੀ ਹਾਂਜੀ, ਮਿਹਰਬਾਨੀ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ। ਮੈਂ ਕਹਿੰਦਾ ਵੀ ਕੇਜਰੀਵਾਲ ਬੰਦਾ ਬਹੁਤ ਚੰਗਾ, ਪਰ ਇਹ ਫੇਲ ਕਰਨਾ ਚਾਹੁੰਦੇ ਆ ਮੋਦੀ ਸਰਕਾਰ ਹੈ ਕਿ ਨਹੀਂ, ਮਤਲਬ ਤੇ ਕੇਜਰੀਵਾਲ ਨੂੰ ਕੀ ਕਰਨਾ ਚਾਹੀਦਾ ਭਾਈ ਜਾਨ? ਹਾਂਜੀ, ਉਹ ਆਪਣਾ ਕੰਮ ਜਾਰੀ ਰੱਖਿਓ, ਕੁਛ ਹੋਣਾ ਨਹੀਂ, ਕੋਈ ਸੀਟਾਂ ਬਹੁਤ ਜ਼ਿਆਦਾ, ਕੋਈ ਗੱਲ ਹੀ ਨਹੀਂ ਇਹਦੇ ਵਿੱਚ। ਸੋ ਇਸੇ ਤਰ੍ਹਾਂ ਹੀ ਮਸਲੇ ਚੁੱਕਦੇ ਰਹੇ, ਆਪਣਾ ਕੰਮ ਜਾਰੀ ਰੱਖੇ, ਔਰ ਉਹਨਾਂ ਨੂੰ ਕੋਈ ਅਸਤੀਫਾ ਦੇਣ ਦੀ ਤਾਂ ਆਫਕੋਰਸ ਲੋੜ ਹੀ ਕੋਈ ਨਹੀਂ, ਠੀਕ ਹੈ? ਦੇਣਾ ਦੇ, ਕਿੱਦਾਂ ਅਸਤੀਫਾ ਦੇਣਗੇ, ਗੱਲ ਹੀ ਨਹੀਂ, ਕੋਈ ਗੱਲ ਹੀ ਨਹੀਂ ਅਸਤੀਫੇ ਦੇ ਵਾਲੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮੈਂ ਦੇਖ ਰਿਹਾ ਵਾਂ ਕਿ ਜ਼ਿਆਦਾ ਸਪੋਰਟ ਜਿਹੜੀ ਆ ਇਸ ਮਸਲੇ 'ਚ ਅਰਵਿੰਦ ਕੇਜਰੀਵਾਲ ਨੂੰ, ਐਟਲੀਸਟ ਸਾਡੇ ਜਿਹੜੇ ਨੌਰਥ ਅਮਰੀਕਾ ਦੇ ਲਿਸਨਰਸ ਆ, ਸ਼ਰੋਤੇ ਆ, ਉਹ ਕੇਜਰੀਵਾਲ ਨੂੰ ਸਪੋਰਟ ਕਰ ਰਿਹਾ। ਔਰ ਮੇਰੇ ਖਿਆਲ ਆ ਸਰਕਾਰ ਨੇ ਇਹ ਨੋਟੀਫਿਕੇਸ਼ਨ ਕਰਕੇ ਕੇਜਰੀਵਾਲ ਨੂੰ ਬਿਲਕੁਲ ਪਾਵਰਲੈਸ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਔਰ ਇਹ ਇੱਕ ਚੁਣੇ ਹੋਏ ਨੁਮਾਇੰਦੇ ਵਾਸਤੇ ਸਹੀ ਗੱਲ ਨਹੀਂ। ਇਹਦੇ ਨਾਲ ਕੇਂਦਰ ਦੀ ਆਪਣੀ ਜਿਹੜੀ ਆ ਇਮੇਜ ਆ, ਛਵੀ ਆ, ਉਹ ਖਰਾਬ ਹੁੰਦੀ ਆ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਦਿੱਲੀ ਦਾ ਮਸਲਾ, ਜੋ ਉੱਥੇ ਦਿੱਲੀ ਦੀ ਆਮ ਆਦਮੀ ਪਾਰਟੀ ਔਰ ਕੇਂਦਰ ਸਰਕਾਰ ਦੇ ਵਿੱਚ ਇਸ ਵੇਲੇ ਜੰਗ ਛਿੜੀ ਆ, ਉਹ ਆਪਾਂ ਮਸਲਾ ਇਸੇ ਤਰ੍ਹਾਂ ਵਿਚਾਰਦੇ ਰਹਾਂਗੇ, ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਦਿੱਲੀ ਦੇ ਵਿੱਚ ਜਿਹੜੀ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਇੱਕ ਪਾਸੇ ਅਤੇ ਦੂਜੇ ਪਾਸੇ ਕੇਂਦਰ ਸਰਕਾਰ, ਮੋਦੀ ਸਰਕਾਰ, ਉਹਨਾਂ ਦੇ ਆਪਸ ਦੇ ਵਿੱਚ ਇੱਕ ਬਹੁਤ ਵੱਡਾ ਟਕਰਾਵ ਇਸ ਵੇਲੇ ਬਣਿਆ ਹੋਇਆ ਵਾ। ਇਹਦੇ 'ਤੇ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਸੱਜਣ ਨੇ, ਸ਼ਰੋਤਾ ਨੇ, ਉਹ ਦੇਖ ਰਹੇ ਆ ਕਿ ਅਰਵਿੰਦ ਕੇਜਰੀਵਾਲ ਨੂੰ ਕਮਜ਼ੋਰ ਕਰਨ ਦੀ ਇਹ ਕੋਸ਼ਿਸ਼ ਭਾਜਪਾ ਵੱਲੋਂ, ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਕੁਝ ਸੱਜਣ ਹੋਰ ਵੀ ਸਾਡੇ ਨਾਲ ਜੁੜੇ ਆ, ਉਹ ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਉਹਨਾਂ ਦਾ ਨਜ਼ਰੀਆ ਵਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਸਿੰਘ ਬੋਲ ਰਿਹਾ ਜੀ, ਮੋਡੈਸਟੋ ਕੈਲੀਫੋਰਨੀਆ। ਹਾਂਜੀ ਹਰਪ੍ਰੀਤ ਸਿੰਘ ਜੀ, ਸੌਰੀ ਤੁਹਾਨੂੰ ਬੜੀ ਦੇਰ ਤੋਂ ਮੈਂ ਵੇਟ ਕਰਾ ਰਿਹਾ ਵਾਂ, ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ? ਹਾਂਜੀ ਨਹੀਂ ਕੋਈ ਗੱਲ, ਹਾਂਜੀ ਹਾਂਜੀ, ਪਹਿਲੇ ਤਾਂ ਇਸ਼ੂ ਹੈਗਾ ਵਾ ਕੌਨਸਟੀਟਿਊਸ਼ਨਲ, ਉਹ ਤਾਂ ਮੇਰੇ ਖਿਆਲ ਤੋਂ ਵਿਦ ਇਨ ਇੰਟਰਪ੍ਰੀਟੇਸ਼ਨ ਦੇ ਬੇਸ 'ਤੇ ਹੀ ਹੈਗਾ ਕਿ ਕੋਈ ਉਹ ਕੋਈ ਕਲੀਅਰ ਚੀਜ਼ ਨਹੀਂ ਹੈਗੀ, ਇਟਸ ਅੰਡਰ ਗ੍ਰੇ ਏਰੀਆ। ਕਲੀਅਰ ਹੈ ਹੀ ਹੈ ਜੀ, ਐਕਚੁਅਲੀ ਉਹਦੇ ਬੇਸ ਦੇ ਉੱਤੇ ਹੀ ਸ਼ਾਇਦ ਸੈਂਟਰ ਨੇ ਕੱਲ੍ਹ ਗਜ਼ਟ ਨੋਟੀਫਿਕੇਸ਼ਨ ਕੀਤੀ ਹੈ। ਹਾਂਜੀ, ਪਰ ਉਹ ਮੇਰੇ ਖਿਆਲ ਤੋਂ ਨਿਊਜ਼ 'ਤੇ ਉਹ ਪੜ੍ਹ ਰਹੇ ਹੈਗੇ ਸੀ ਉਹ ਪਰਟੀਕੁਲਰ ਕਲੋਜ਼, ਅਤੇ ਉਹਦੇ ਵਿੱਚ ਮੈਂਸ਼ਨ ਕੀਤਾ ਸੀ ਵਿਥ ਐਡਵਾਈਸ ਆਫ ਚੀਫ ਮਿਨਿਸਟਰ, ਹੋ ਸਕਦੀ ਆ ਚੀਜ਼। ਨਹੀਂ, ਉਹ ਇਹ ਕਿਹਾ ਉਹਨਾਂ ਨੇ, ਮੈਂ ਇਨਫੈਕਟ ਮੈਂ ਨੋਟੀਫਿਕੇਸ਼ਨ ਮੇਰੇ ਕੋਲ ਆ, ਔਰ ਮੈਂ ਜਿਹੜੀ 239 ਕਲੋਜ਼ ਦੇਖਿਆ ਵੀ ਆ, ਜਿਹੜਾ ਸੰਵਿਧਾਨ ਦਾ 239A ਜਿਹੜਾ ਕਲੋਜ਼ ਆ, ਉਹਦੇ ਮੁਤਾਬਕ ਇਹ ਜਿਹੜੇ 4 ਮਹਿਕਮੇ ਆ, ਇਹਨਾਂ 'ਤੇ ਲੈਫਟਨ ਗਵਰਨਰ ਕੋਲ ਪਾਵਰਸ ਨੇ, ਔਰ ਉਹਨਾਂ ਦੀ ਮਰਜ਼ੀ ਆ ਕਿ ਉਹ ਕੌਂਸਲ ਆਫ ਮਿਨਿਸਟਰਸ, ਯਾਨੀ ਜਾਂ ਚੀਫ ਮਿਨਿਸਟਰ ਦੀ ਸਲਾਹ ਲੈਣੀ ਚਾਹੁੰਦੇ ਜੇ ਕਿ ਨਹੀਂ ਲੈਣੀ ਚਾਹੁੰਦੇ। ਜੇ ਉਹ ਨਾ ਲੈਣੀ ਚਾਹੁੰਦੇ ਤਾਂ ਆਪਣੇ ਆਪ ਉਹਨਾਂ ਕੋਲ ਅਧਿਕਾਰ ਨੇ, ਬਾਕੀ ਮਸਲਿਆਂ 'ਤੇ ਲੈਫਟਨ ਗਵਰਨਰ ਨੂੰ ਕੌਂਸਲ ਆਫ ਮਿਨਿਸਟਰਸ ਦੀ ਸਲਾਹ ਲੈਣੀ ਪਊਗੀ, ਔਰ ਉਹਦੀ ਸਲਾਹ ਦੇ ਮੁਤਾਬਕ ਹੀ ਚੱਲਣਾ ਪਊਗਾ। ਲੇਕਿਨ ਇਹ 4 ਮਸਲਿਆਂ 'ਤੇ ਇਹ ਇਸ ਵੇਲੇ ਕੌਂਸਟੀਟਿਊਸ਼ਨਲ ਪੋਜੀਸ਼ਨ ਆ, ਲੇਕਿਨ ਇੱਕ ਫੀਲਿੰਗ ਜ਼ਰੂਰ ਹੈ ਕਿ ਕਿਉਂਕਿ ਇਹ ਚੁਣੀ ਹੋਈ ਸਰਕਾਰ ਆ, ਹਰ ਮਸਲੇ 'ਤੇ ਹੀ ਕੌਂਸਲ ਆਫ ਮਿਨਿਸਟਰਸ ਦੀ ਸਲਾਹ ਜਿਹੜੀ ਆ ਉਹ ਜ਼ਰੂਰੀ ਲੈਣੀ ਚਾਹੀਦੀ ਆ, ਜਿੰਨੇ ਚਿਰ ਤੱਕ ਇਹ ਲੱਗੇ ਕਿ ਜੋ ਕਰ ਰਹੇ ਆ ਬਿਲਕੁਲ ਹੀ ਗਲਤ ਆ, ਔਰ ਉੱਥੇ ਉਹਨਾਂ ਨੂੰ ਆਪਣੇ ਅਧਿਕਾਰ ਜਿਹੜੇ ਆ ਉਹ ਇਸਤੇਮਾਲ ਕਰਨ ਦੀ ਲੋੜ ਪੈ ਰਹੀ ਉਹਨਾਂ ਨੂੰ। ਹਰਪ੍ਰੀਤ ਜੀ, ਹੋਰ ਵੀ ਕੁਛ ਕਹਿਣਾ ਚਾਹੁੰਦੇ ਜੇ? ਹਾਂਜੀ ਹਾਂਜੀ, ਅਤੇ ਜਿਹੜੀ ਪੋਲੀਟੀਕਲ ਇਹ ਸਿਚੁਏਸ਼ਨ ਹੈਗੀ ਆ, ਇਹ 'ਚ ਮਤਲਬ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜਿੱਦਾਂ ਅਪੁਆਇੰਟਮੈਂਟ ਅਤੇ ਟਰਮੀਨੇਸ਼ਨ ਆਫਿਸਰਸ ਦੀ ਬੀਜੇਪੀ ਕੋਲ ਹੋਊਗੀ, ਅਤੇ ਉਹ ਕੋਈ ਨਾ ਕੋਈ ਸਕੈਮ ਮੈਨੀਫੈਕਚਰ ਕਰਨਾ ਚਾਹੁੰਦੇ ਹੈਗੇ ਆ ਕਿ ਕੁਛ ਨਾ ਕੁਛ ਮਤਲਬ ਪ੍ਰੋਬਲਮ ਕ੍ਰੀਏਟ ਕਰੀਏ, ਕਿਉਂਕਿ ਮੀਡੀਆ 'ਤੇ ਕੁਛ ਹਾਊਸਿਸ ਮੀਡੀਆ ਦੇ ਆਲਰੇਡੀ ਖਿਲਾਫ਼ ਹੈਗੇ ਹੀ, ਆਮ ਆਦਮੀ ਪਾਰਟੀ ਦੇ ਉਹ ਤੋਂ ਚਾਹੁੰਦੇ ਹੈਗੇ ਨਹੀਂ ਆ ਜੀ, ਅਤੇ ਫਿਰ ਮੇਨ ਅਟੈਂਪਟ ਇਹ ਵੀ ਹੈਗਾ ਵਾ ਕਿ ਕੁਛ ਨਾ ਕੁਛ ਕੋਈ ਨਾ ਕੋਈ ਸਕੈਮ ਦਾ ਰੌਲਾ ਪਾ ਦਈਏ ਕਿ ਬਈ ਇਹ ਵੀ ਹੁਣ ਕਰਪਟ ਹੋ ਗਏ ਆ ਜੀ, ਇਹਨਾਂ ਨੂੰ ਹੁਣ ਛੱਡ ਦਿਓ। ਬਿਲਕੁਲ, ਇਹ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਆ ਕਿ ਜੇ ਆਪਣੇ ਮਰਜ਼ੀ ਦੇ ਅਫਸਰ ਉਹਨਾਂ ਦੀ ਮਰਜ਼ੀ ਦੇ ਲੱਗਣਗੇ, ਔਰ ਫੰਕਸ਼ਨਿੰਗ ਜਿਹੜੀ ਆ ਉਹ ਇਹਨਾਂ ਦੀ ਹੋ ਹੀ ਨਹੀਂ ਸਕੂਗੀ, ਔਰ ਫੰਕਸ਼ਨਿੰਗ ਜੇ ਹੋਊਗੀ ਵੀ ਤਾਂ ਉਹਦੇ 'ਚ ਕੋਈ ਨਾ ਕੋਈ ਇਹੋ ਜਿਹੇ ਲੂਪ ਹੋਲਸ ਲੱਭ ਸਕਦੇ ਆ ਜਿਹਦੇ ਕਰਕੇ ਸਰਕਾਰ ਦੇ ਖਿਲਾਫ਼, ਦਿੱਲੀ ਸਰਕਾਰ ਦੇ ਖਿਲਾਫ਼ ਇਲਜ਼ਾਮ ਲੱਗ ਸਕਦੇ ਆ।
ਮੇਰਾ ਖਿਆਲ ਆ ਜਿਹੜੀ ਕੇਂਦਰ ਸਰਕਾਰ ਜੋ ਕਰਨਾ ਚਾਹੁੰਦੀ ਉਹ ਸਹੀ ਨਹੀਂ ਹੈ। ਜੇ ਕੇਂਦਰ ਸਰਕਾਰ ਆਪਣੇ ਆਫਿਸਰਸ ਜਿਨ੍ਹਾਂ ਨੂੰ ਦਿੱਲੀ ਦੀ ਸਰਕਾਰ ਨਹੀਂ ਚਾਹੁੰਦੀ ਉਹ ਲਾਉਣੀ ਚਾਹੁੰਦੀ ਆ, ਅਤੇ ਇਹ ਤਾਂ ਉਹੀ ਗੱਲ ਹੋ ਗਈ ਕਿ ਮੋਦੀ ਸਰਕਾਰ 'ਤੇ ਇਹ ਪਾਬੰਦੀ ਲੱਗ ਜਾਵੇ ਵੀ ਉਹ ਜਿਹੜੀ ਪਿਛਲੀ ਸਰਕਾਰ ਸੀ UPA ਸਰਕਾਰ ਉਹਨਾਂ ਦੇ ਅਫਸਰਾਂ ਦੇ ਨਾਲ ਹੀ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਕਰਨੀ ਆ। ਉਹ ਤਾਂ ਨਹੀਂ ਕਰਨੀ ਚਾਹੁੰਗੇ, ਉਹ ਆਪਣੇ ਅਫਸਰ ਲਾਉਣੇ ਚਾਹੁੰਗੇ, ਔਰ ਸ਼ਾਇਦ ਇਹੋ ਹੀ ਅਰਵਿੰਦ ਕੇਜਰੀਵਾਲ ਵੀ ਇਹ ਕਰਨਾ ਚਾਹੁੰਦੇ ਆ। ਮੈਂ ਨਹੀਂ ਆਉਂਦਾ ਵੀ ਉਹ ਕੋਈ ਗਲਤ ਜਾਂ ਭ੍ਰਸ਼ਟ ਅਫਸਰ ਲਾਉਣਾ ਚਾਹੁੰਦੇ ਆ, ਪਰ ਉਹ ਅਫਸਰ ਜਿਨ੍ਹਾਂ 'ਤੇ ਉਹਨਾਂ ਨੂੰ ਕੌਨਫੀਡੈਂਸ ਆ। ਸੋ ਮੇਰੇ ਖਿਆਲ ਆ ਕੁਝ ਆਫਿਸਰ ਜ਼ਰੂਰ ਉਹਨਾਂ ਨੂੰ ਛੱਡ ਕੇ, ਜਿਵੇਂ ਆਲਰੇਡੀ ਸਿਸਟਮ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਦੀ ਨਿਯੁਕਤੀ 'ਚ ਨੋਰਮਲੀ ਸਰਕਾਰਾਂ ਇੰਟਰਫੇਅਰ ਨਹੀਂ ਕਰਦੀਆਂ, ਜਿਵੇਂ ਚੀਫ ਆਫ ਦੀ 3 ਡਿਫੈਂਸ ਸਰਵਿਸਿਜ਼ ਜਾਂ ਕੁਝ ਇੰਟੈਲੀਜੈਂਸ ਏਜੰਸੀਜ਼ ਜਾਂ ਹੋਰ ਵੀ ਇਹੋ ਜਿਹੇ ਕੁਝ ਅਧਿਕਾਰੀ ਜ਼ਰੂਰ ਹੁੰਦੇ ਆ। ਸੋ ਇਸ ਕਰਕੇ ਉਹਨਾਂ ਨੂੰ ਛੱਡ ਕੇ ਮੇਰੇ ਖਿਆਲ ਆ ਸਰਕਾਰਾਂ ਕੋਲ ਜ਼ਰੂਰ ਹੱਕ ਹੁੰਦਾ ਵਾ ਕਿ ਉਹ ਆਪਣੇ ਜਿਹੜੇ ਚੁਣੇ ਹੋਏ ਅਫਸਰ ਆ ਜਿਨ੍ਹਾਂ 'ਤੇ ਉਹਨਾਂ ਨੂੰ ਯਕੀਨ ਆ ਉਹਨਾਂ ਨੂੰ ਉਹ ਲਾ ਸਕਣ। ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਇੱਕ ਬਹੁਤ ਵਧੀਆ ਅਨਾਲਿਸਿਸ ਦਿੱਤਾ। ਇੱਕ ਹੋਰ ਸਾਡੇ ਸਰੋਤਾ ਸਾਡੇ ਨਾਲ ਨੇ, ਔਰ ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲੋਸ ਏਂਜਲਸ। ਹਾਂਜੀ ਸ਼ਮਸ਼ੇਰ ਸਿੰਘ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਦਰਅਸਲ ਗੱਲ ਇਹ ਆ ਜੀ ਵੀ ਕੇਜਰੀਵਾਲ ਦਾ ਸੁਭਾਅ ਹੀ ਇਹੋ ਜਿਹਾ, ਕੀ ਕੀਤਾ ਜਾਵੇ। ਸੁਭਾਅ ਮਤਲਬ ਕੀ, ਲੜਾਕੂ ਸੁਭਾਅ ਆ ਕਿ ਠੀਕ ਸੁਭਾਅ ਆ? ਹਾਂਜੀ ਹੈਲੋ, ਕੇਜਰੀਵਾਲ ਦਾ ਸੁਭਾਅ ਇਹੋ ਜਿਹਾ ਮਤਲਬ ਲੜਾਕੂ ਸੁਭਾਅ ਆ ਕਿ ਚੰਗਾ ਸੁਭਾਅ ਆ? ਲੜਾਕੂ ਸੁਭਾਅ, ਦਰਅਸਲ ਦਾ ਸੁਭਾਅ ਇਹੋ ਜਿਹਾ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਬਜਾਏ ਆਪਦੀ ਸਮੱਸਿਆ ਨਾਲ ਹੀ 5 ਸਾਲ ਨਿਗਾ ਦਿੱਤੇ ਜਾਣ। ਅੱਛਾ, ਹਾਂ, ਕਿਉਂਕਿ ਲੋਕਾਂ ਨੂੰ ਜਿਹੜੀਆਂ ਆਸਾਂ ਨੇ ਉਹ ਇਹ ਨਹੀਂ ਚਾਹੁੰਦੇ ਵੀ ਤੁਸੀਂ ਟੱਕਰ ਹੀ ਲਈ ਜਾਓ ਹਮੇਸ਼ਾ ਕਿ ਧਰਨਿਆਂ ਮੁਜ਼ਾਹਰਿਆਂ 'ਤੇ ਰਹੋ। ਮੇਰਾ ਨਹੀਂ ਖਿਆਲ ਕਿ ਅਰਵਿੰਦ ਕੇਜਰੀਵਾਲ ਵੀ ਚਾਹੁੰਦੇ ਆ ਵੀ ਟਕਰਾਅ ਵੀ ਹੋਵੇ, ਕਿਉਂਕਿ ਉਹਨਾਂ 'ਤੇ ਤਾਂ ਲੋਕਾਂ ਦੀਆਂ ਆਸ਼ਾਵਾਂ ਹੀ ਬਹੁਤ ਆ, ਉਹਨਾਂ ਨੇ ਪ੍ਰੋਮਿਸਿਸ ਬਹੁਤ ਕੀਤੇ ਆ, ਪਰ ਮੇਰੇ ਖਿਆਲ ਕੁਝ ਬੇਸਿਕ ਪਾਵਰ ਜ਼ਰੂਰ ਉਹ ਚਾਹੁੰਦੇ ਆ ਉਹ ਦਿੱਤੀਆਂ ਜਾਣ, ਔਰ ਜਦੋਂ ਉਹ ਬੇਸਿਕ ਪਾਵਰ ਨਹੀਂ ਮਿਲਦੀਆਂ ਉਹਨਾਂ ਨੂੰ ਤਾਂ ਫਿਰ ਇੱਕ ਫਰਸਟ੍ਰੇਸ਼ਨ ਵੀ ਜ਼ਰੂਰ ਆ ਜਾਂਦੀ ਹੈ। ਸ਼ਮਸ਼ੇਰ ਜੀ ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਔਰ ਦੇਖਦੇ ਹਾਂ ਉਹਨਾਂ ਦੇ ਵਿਚਾਰ ਕੀ ਨੇ। ਹੈਲੋ ਹੈਲੋ, ਹਾਂਜੀ, ਚੈਨ ਸਿੰਘ ਖੇੜਾ ਬੋਲਦਾ ਜੀ, ਯੂਬਾ ਸਿਟੀ ਤੋਂ। ਕੌਣ ਬੋਲ ਰਹੇ ਜੀ? ਯੂਬਾ ਸਿਟੀ ਤੋਂ ਚੈਨ ਸਿੰਘ ਖੇੜਾ। ਹਾਂਜੀ ਖੇੜਾ ਜੀ, ਦੱਸੋ ਕੀ ਕਹਿਣਾ ਜੇ? ਮੈਂ ਤਾਂ ਇਹ ਕਹਿਣਾ ਮੰਗਦਾ ਕਿ ਕੇਜਰੀਵਾਲ ਜਦ 22 ਤਰੀਕ ਨੂੰ 22 ਅਪ੍ਰੈਲ ਨੂੰ ਉੱਥੇ ਰੈਲੀ ਕੀਤੀ ਸੀ, ਮੈਂ ਰੈਲੀ ਦੇ ਵਿੱਚ ਸਾਂ। ਅੱਛਾ, ਇੱਕ ਬੰਦੇ ਸਾਡੇ ਹੁਸ਼ਿਆਰਪੁਰ ਦੇ ਆਮ ਪਾਰਟੀ ਦੇ ਜਿਹੜੇ ਪ੍ਰਧਾਨ ਆ ਉਹਨਾਂ ਦੇ ਨਾਲ ਮੈਂ ਗਿਆ ਸਾਂ, ਤੇ ਮੈਂ ਗੱਲ ਕਰਨਾ ਮੰਗਦਾ ਕਿ ਕੇਜਰੀਵਾਲ ਦੇ ਮਗਰ ਡੂਮਣੇ ਦੀਆਂ ਮੱਖੀਆਂ ਲੱਗੀਆਂ ਆ, ਉਹ ਨੀ ਚਾਹੁੰਦੇ ਕਿ ਇੱਕ ਇਮਾਨਦਾਰ ਅਫਸਰ ਆ ਤੇ ਉਹ ਨੀ ਚਾਹੁੰਦੇ ਕਿ ਸਰਕਾਰ ਚੱਲੇ। ਤੇ ਇਹ ਡੋਣੇ ਦੀਆਂ ਮੱਖੀਆਂ ਦਾ ਕੀ ਇਲਾਜ ਹੁੰਦਾ ਵਾ? ਹਾਂਜੀ, ਇਹ ਡੋਣੇ ਦੀ ਮੱਖੀਆਂ ਦਾ ਕੀ ਇਲਾਜ ਹੁੰਦਾ ਵਾ? ਮੱਖੀਆਂ ਇਲਾਜ ਕਿਹਾ ਜੀ, ਹੁਣ ਆਪਣਾ ਹੌਸਲਾ ਨਾ ਹਾਰੇ ਹਾਰੇ, ਤੇ ਇਹਦੇ ਤਾਂ ਹਾਲੇ ਤਾਂ ਕਈ ਝੱਖੜ ਪੈਣੇ ਆ, ਪਤਾ ਨੀ ਕਿਆ ਕੁਛ ਹੋਣਾ। ਇਹ ਆਪਣਾ ਮੂੰਹ ਸੁਜਾ ਲਓ ਤੇ ਫਿਰ ਬੰਦੇ ਦੀ ਕੰਮ ਕਰਨ ਦੀ ਸ਼ਮਤਾ ਵੀ ਘੱਟ ਜਾਂਦੀ ਆ। ਖੇਰਾ ਜੀ ਬਹੁਤ ਬਹੁਤ ਧੰਨਵਾਦ, ਇੱਕ ਹੋਰ ਸਾਡੇ ਨਾਲ ਸੱਜਣ ਜੁੜੇ ਆ, ਔਰ ਉਹਨਾਂ ਦਾ ਵੀ ਦੇਖਦੇ ਆ ਕੀ ਨਜ਼ਰੀਆ ਵਾ। ਹੈਲੋ, ਹਾਂਜੀ 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 ਭਾਈ ਜਾਨ। ਹਾਂਜੀ ਸੰਧੂ ਸਾਹਿਬ। ਹਾਂਜੀ ਹਾਂਜੀ, ਤੁਸੀਂ ਔਨ ਏਅਰ ਜੇ ਭਾਈ ਜਾਨ। ਹਾਂਜੀ ਹਾਂ, ਮੈਂ ਤੁਹਾਨੂੰ ਇਹ ਮੈਂ ਉਹ ਗੱਲਾਂ ਸੁਣ ਰਿਹਾ ਸੀਗਾ, ਮੈਨੂੰ ਪਹਿਲਾਂ ਪਤਾ ਨਹੀਂ ਸੀ। ਮੈਂ ਤਾਂ ਇੱਕੋ ਦੱਸਣੀ ਚਾਹੁੰਦਾ, ਕੇਜਰੀਵਾਲ ਤੇ ਆਪਣੇ ਸੈਂਟਰ ਗੌਰਮੈਂਟ ਦਾ ਜੋ ਚੱਕਰ ਚੱਲ ਰਿਹਾ ਨਾ ਜੀ, ਉਹਦੇ ਬਾਰੇ ਮੈਂ ਮੇਰੇ ਤੇ ਮਨ ਚ ਇੱਕੋ ਗੱਲ ਹੈ ਵੀ ਦੋ ਆਪਣੇ ਪਿੰਡਾਂ ਦੀ ਛਿੰਝਾਂ ਚ ਦੋ ਪਹਿਲਵਾਨ ਹੁੰਦੇ ਆ। ਹਾਂਜੀ, ਇੱਕ ਸਾਲ ਉਹ ਜਿੱਤ ਜਾਂਦਾ, ਦੂਜੇ ਸਾਲ ਉਹ ਜਿੱਤ ਜਾਂਦਾ, ਜਦੋਂ ਤੀਜਾ ਵਿਚਾਰ ਵੜਦਾ ਫਿਰ ਉਹਨਾਂ ਨੂੰ ਇਹੀ ਉਹਨਾਂ ਦੀ ਇੱਕ ਪਾਲਿਸੀ ਹੁੰਦੀ ਆ ਵੀ ਇਹਨੂੰ ਕਿਸੇ ਤਰ੍ਹਾਂ ਬਾਹਰ ਕਰ ਦੋ, ਮਿੰਨੀ ਸਾਨੂੰ ਦੋਹਾਂ ਨੂੰ ਬਾਹਰ ਕੱਢ ਦੂਗਾ ਇਹ। ਪਹਿਲੋ ਤੁਸੀਂ ਆਪਣੀ ਇੰਟਰੋਡਕਸ਼ਨ ਦੋ, ਕੌਣ ਬੋਲ ਰਹੇ ਜੇ? ਮੈਂ ਰਵਿੰਦਰ ਸਿੰਘ ਬੋਲਿਆ ਜੀ, ਬ੍ਰੈਂਪਟਨ ਤੋਂ। ਰਵਿੰਦਰ ਸਿੰਘ ਜੀ, ਇਹ ਪਹਿਲਵਾਨ ਜਿਹੜੇ ਇਸ ਤਰ੍ਹਾਂ ਵਾ, ਉਹ ਛਿੰਝਾਂ 'ਚ ਇੱਕ ਸਾਲ ਉਹ ਜਿੱਤਦਾ ਪਹਿਲਵਾਨ ਅਤੇ ਦੂਜੇ ਸਾਲ ਦੂਜਾ ਜਿੱਤਦਾ, ਉਹ ਉਦੋਂ ਹੁੰਦਾ ਵਾ ਜਦੋਂ ਦੋਵਾਂ ਦੇ ਵਿੱਚ ਮਿਲੀ ਭੁਗਤ ਹੋਵੇ। ਜੇ ਉਹ ਆਪਣੇ ਆਪਣੇ ਕੰਮ ਕਰਨ ਤਾਂ ਕੋਈ ਪਤਾ ਨਹੀਂ ਹੁੰਦਾ, ਕਈ ਵਾਰ ਜਿਹੜਾ ਵਾ ਇੱਕ ਪਹਿਲਵਾਨ 2-3 ਸਾਲ ਇਕੱਠੇ ਜਿੱਤਦਾ ਰਹਿੰਦਾ ਵਾ। ਸੋ ਇਸ ਕੇਸ ਦੇ ਵਿੱਚ ਮਿਲੀ ਭੁਗਤ ਤਾਂ ਹੈ ਨਹੀਂ, ਔਰ ਸ਼ਾਇਦ ਇਸੇ ਕਰਕੇ ਹੀ ਇੱਕ ਚੰਗੀ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕੁਸ਼ਤੀ ਹੋ ਰਹੀ ਆ, ਪਰ ਕਿਉਂਕਿ ਇਹ ਜੋ ਹੋ ਰਿਹਾ ਵਾ ਇੱਕ ਤਰੀਕੇ ਨਾਲ ਮੰਦਭਾਗਾ ਵਾ। ਪਰ ਮੇਰੇ ਖਿਆਲ ਜਿੰਨੇ ਚਿਰ ਤੱਕ ਬੇਸਿਕ ਮਸਲੇ ਨਾਲ ਆਪਾਂ ਨਜਿੱਠਾਂਗੇ ਨਹੀਂ, ਔਰ ਬੇਸਿਕ ਮਸਲਾ ਹੈ ਦਿੱਲੀ ਨੂੰ ਸਟੇਟਹੁੱਡ ਦੇਣ ਦਾ ਮਸਲਾ, ਜਿੰਨੇ ਚਿਰ ਤੱਕ ਉਸ ਮਸਲੇ ਨਾਲ ਤੇ ਕਲੈਰਿਟੀ ਨਹੀਂ ਆਉਂਦੀ, ਮੇਰੇ ਖਿਆਲ ਇਹ ਗੱਲ ਜਿਹੜੀ ਆ ਕਿਤੇ ਸਿਰੇ ਚੜ੍ਹਨੀ ਨਹੀਂ, ਔਰ ਇਹ ਝਗੜਾ ਜਿਹੜਾ ਵਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ
ਹਾਂਜੀ, ਮੇਰਾ ਨਾਮ ਹੈ ਜੀ ਪ੍ਰੀਤਿੰਦਰ ਸਿੰਘ ਸਲੂਜਾ ਜੀ, ਮੈਂ ਨਿਊਯਾਰਕ ਤੋਂ ਬੋਲ ਰਿਹਾ। ਹਾਂਜੀ ਸਲੂਜਾ ਜੀ, ਸਵਾਗਤ ਹੈ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਬੜੀ ਦਿਲਚਸਪੀ ਨਾਲ, ਪਰ ਮੈਨੂੰ ਇੱਥੇ ਇੱਕ ਗੱਲ ਇਹ ਨਹੀਂ ਸਮਝ ਆਉਂਦੀ, ਇਸ ਟਾਈਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੀ ਰੋਲ ਹੈ, ਜਿਹੜੇ ਹਮੇਸ਼ਾ ਇਹ ਕਹਿੰਦੇ ਹੈ ਕਿ ਰਾਜਾਂ ਨੂੰ ਵਧੇਰੇ ਅਧਿਕਾਰ ਮਿਲਣੇ ਚਾਹੀਦੇ ਹਨ। ਸੰਜੀ, ਬਹੁਤ ਵਧੀਆ ਪੁਆਇੰਟ ਸਲੂਜਾ ਜੀ ਤੁਸੀਂ ਰੇਜ਼ ਕੀਤਾ ਵਾ। ਇਨਫੈਕਟ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਦੋਂ ਦੇ ਉਹਦਾ ਇਤਿਹਾਸ ਆ, ਉਹ ਮੰਗ ਕਰਦੇ ਆ ਰਹੇ ਕਿ ਰਾਜਾਂ ਨੂੰ ਹੋਰ ਅਧਿਕਾਰ ਮਿਲਣੇ ਚਾਹੀਦੇ ਆ। ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ, ਜਿਨ੍ਹਾਂ ਦੀ ਇੱਕ ਦਿੱਲੀ ਦੇ ਵਿੱਚ ਯੂਨਿਟ ਵੀ ਹੈ ਔਰ ਬਹੁਤ ਸਟਰੋਂਗ ਯੂਨਿਟ ਆ, ਇਸ ਵੇਲੇ ਉਸ ਯੂਨਿਟ ਜਿਹੜੀ ਆ ਉਹ ਦਿੱਲੀ ਦੀ ਮੈਨੇਜਮੈਂਟ ਕਮੇਟੀ ਨੂੰ, ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕੰਟਰੋਲ ਵੀ ਕਰ ਰਹੀ ਆ। ਉਹਨਾਂ ਨੇ ਬਿਲਕੁਲ ਚੁੱਪੀ ਸਾਧੀ ਆ, ਔਰ ਤੁਸੀਂ ਇਹ ਬੜਾ ਵਧੀਆ ਪੁਆਇੰਟ ਲੈ ਕੇ ਆਏ ਜੇ ਵੀ ਇਹ ਚੁੱਪੀ ਕਿਉਂ ਸਾਧੀ ਆ ਇਸ ਮਸਲੇ 'ਤੇ। ਇਨਫੈਕਟ ਜਿਹੜਾ ਭੂਮੀ ਗ੍ਰਹਿਣ ਦਾ ਮਸਲਾ ਸੀਗਾ, ਉਹਦੇ 'ਤੇ ਵੀ ਕੋਈ ਬਹੁਤੀ ਸ਼੍ਰੋਮਣੀ ਅਕਾਲੀ ਦਲ ਦੀ ਕਲੈਰਿਟੀ ਨਹੀਂ ਸਨ। ਇੱਕ ਪਾਸੇ ਤਾਂ ਉਹਦਾ ਵਿਰੋਧ ਕਰਦੇ ਆ ਕਿ ਲੋਕਾਂ ਦੀ, ਕਿਸਾਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ, ਦੂਜੇ ਪਾਸੇ ਸਰਕਾਰ ਦੇ ਨਾਲ ਵੋਟ ਵੀ ਪਾਉਂਦੇ ਆ। ਇਸ ਮਸਲੇ 'ਤੇ ਇੰਝ ਲੱਗਦਾ ਵਾ ਕਿ ਉਹ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਨੇ, ਔਰ ਮੇਰੇ ਖਿਆਲ ਉਹ ਜਿਹੜਾ ਸਟੇਟਾਂ ਦੇ ਅਧਿਕਾਰਾਂ ਦਾ ਮਸਲਾ ਜਿਹੜਾ ਵਾ ਉਹ ਉਹਨਾਂ ਨੇ ਇੱਕ ਤਰੀਕੇ ਨਾਲ ਆਪਣੇ ਪਿਛਲੇ ਵਿਹੜੇ ਦੇ ਵਿੱਚ ਰੱਖਿਆ ਵਾ। ਸਲੂਜਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਹ ਇਸ਼ੂ ਪੁਆਇੰਟ ਆਊਟ ਕੀਤਾ ਸਾਡੇ ਆਪਣੇ ਧਿਆਨ ਦੇ ਵਿੱਚ, ਇਹ ਸ਼ਾਇਦ ਗੱਲ ਇਸ ਵੇਲੇ ਨਹੀਂ ਸੀ ਆਈ। ਇਸ ਵੇਲੇ ਸਾਨੂੰ ਹੁਣ ਬ੍ਰੇਕ ਲੈਣੀ ਪਊਗੀ, ਬ੍ਰੇਕ ਦਾ ਸਮਾਂ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਇਹ ਮਸਲਾ ਇਸੇ ਤਰ੍ਹਾਂ ਹੀ ਵਿਚਾਰਦੇ ਰਹਾਂਗੇ, ਸੋ ਸਾਡੇ ਨਾਲ ਜੁੜੇ ਰਹੋ। ਮੈਂ ਜਲਦ ਵਾਪਸ ਆ ਰਿਹਾ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਅਸੀਂ ਗੱਲ ਕਰ ਰਹੇ ਹਾਂ ਦਿੱਲੀ ਦੇ ਵਿੱਚ ਇਸ ਵੇਲੇ ਜਿਹੜਾ ਮਸਲਾ ਬਹੁਤ ਜ਼ਿਆਦਾ ਛਿੜਿਆ ਵਾ ਦਿੱਲੀ ਸਰਕਾਰ ਦੇ ਵਿਚਕਾਰ ਔਰ ਮੋਦੀ ਸਰਕਾਰ ਦੇ ਵਿੱਚ। ਕੁਝ ਸਾਡੇ ਨਾਲ ਸੱਜਣ ਇਸ ਵੇਲੇ ਜੁੜੇ ਆ ਔਰ ਉਹਨਾਂ ਦਾ ਦ੍ਰਿਸ਼ਟੀਕੋਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਰ। ਸਤਿ ਸ਼੍ਰੀ ਅਕਾਲ ਜੀ, ਬਲ ਬੋਲਦਾ ਕੈਲੀਫੋਰਨੀਆ। ਹਾਂਜੀ ਹਾਂਜੀ ਹਾਂਜੀ, ਬਲ ਸਾਹਿਬ ਤੁਹਾਡਾ ਇਹਦੇ ਬਾਰੇ ਕੀ ਨਜ਼ਰੀਆ ਵਾ? ਨਜ਼ਰੀਆ ਜੀ, ਲੋਕਤੰਤਰ ਤੇ ਕੇਂਦਰ ਤੰਤਰ ਦਾ ਫਰਕ ਬੜਾ ਹੈ। ਕੇਂਦਰ ਤੰਤਰ ਲਾਗੂ ਕਰਦੇ ਨਾ ਕਿ ਲੋਕਤੰਤਰ। ਲੋਕਤੰਤਰ ਦੀ ਡੈਫੀਨੇਸ਼ਨ ਹੈਗੀ ਲੋਕਾਂ, ਪੀਪਲ ਆਫ ਰੂਲ ਆਫ ਦੀ ਪੀਪਲ, ਬਾਈ ਦੀ ਪੀਪਲ, ਫਾਰ ਦੀ ਪੀਪਲ। ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆ ਕੇਜਰੀਵਾਲ ਹੋਣੀ, ਲੋਕਾਂ ਲਈ ਕੰਮ ਕਰਦੇ ਆ, ਤੇ ਲੋਕਾਂ ਦਾ ਹੀ ਰਾਜ ਹੋਣਾ ਚਾਹੀਦਾ, ਨਾ ਕਿ ਉੱਤੋਂ ਵੈਸ ਰਾਏ ਸੁਣਾਉਣਾ ਚਾਹੀਦਾ। ਤੇ ਕੇਂਦਰ ਤੰਤਰ ਕੀ ਹੁੰਦਾ ਵਾ? ਕੇਂਦਰ ਤੰਤਰ ਕਿਸੇ ਦੀ ਗੱਲ ਨਾ ਸੁਣਨੀ ਜੀ, ਉੱਤੋਂ ਕਮਾਉਣਾ ਰੱਬ ਤੋਂ। ਰੱਬ ਤੁਹਾਨੂੰ ਪਤਾ ਮੋਦੀ ਸਾਹਿਬ ਹੈ ਤੇ ਕੇਂਦਰ ਦੀ ਸਰਕਾਰ ਆ। ਮਿਹਰਬਾਨੀ ਮਿਹਰਬਾਨੀ ਬਲ ਸਾਹਿਬ, ਐਸ ਯੂਜੁਅਲ ਬੜੀ ਸੋਹਣੀ ਐਨਾਲੋਜੀ ਦਿੰਦੇ ਤੁਸੀਂ, ਬਹੁਤ ਬਹੁਤ ਧੰਨਵਾਦ। ਔਰ ਆਪਣਾ ਇਨਫੈਕਟ ਅੱਜ ਤੋਂ ਵੀਕਐਂਡ ਸ਼ੁਰੂ ਹੋ ਜਾਣਾ, ਸੋ ਆਪਣਾ ਵੀਕਐਂਡ ਜ਼ਰੂਰ ਬਲ ਸਾਹਿਬ ਇੰਜੋਏ ਕਰਿਓ। ਮੇਰੇ ਖਿਆਲ ਕਬੱਡੀ ਵੀ ਅੱਜ ਕੱਲ੍ਹ ਤਾਂ ਹੋ ਰਹੀ ਹੋਣੀ ਉੱਥੇ, ਉਹ ਵੀ ਮੇਰੇ ਖਿਆਲ ਤੁਹਾਡਾ ਪੁਰਾਣਾ ਸ਼ੌਕ ਹੈ। ਬਹੁਤ ਬਹੁਤ ਮਿਹਰਬਾਨੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਆਓ ਉਹਨਾਂ ਦਾ ਵੇਖਦੇ ਹਾਂ ਨਜ਼ਰੀਆ ਕੀ ਹੈ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੈਂ ਦੀਦਾਰ ਸਿੰਘ ਬੋਲ ਰਿਹਾ ਜੀ ਬ੍ਰੈਂਪਟਨ ਟੋਰਾਂਟੋ ਤੋਂ। ਸਤਿ ਸ਼੍ਰੀ ਅਕਾਲ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਸੰਧੂ ਸਾਹਿਬ, ਉਹ ਇੱਕ ਪ੍ਰੋਪਰਲੀ ਇਲੈਕਟਡ ਪ੍ਰਾਈਮ ਮਿਨਿਸਟਰ ਹੈ, ਜਾਂ ਚਲੋ ਉਹ ਆਪਣੇ ਲੋਕਾਂ ਦਾ ਉਹ ਚੁਣਿਆ ਕੇ ਭੇਜਿਆ ਹੋਇਆ ਕੇਜਰੀਵਾਲ, ਕੇਜਰੀਵਾਲ ਸਾਹਿਬ ਮੁੱਖ ਮੰਤਰੀ। ਹਾਂਜੀ, ਤਾਂ ਪਾਵਰ ਚਾਹੀਦੀ ਆ ਵੀ ਇਹ ਉਹਦੇ ਵਿੱਚ ਕੋਈ ਫਰਦਰ ਇਹ ਉਹ 'ਚ ਤਬਦੀਲੀ ਕਰ ਸਕਦੇ ਨੇ ਵੀ ਸੈਂਟਰ, ਕਿਉਂਕਿ ਸਰਕਾਰ ਉੱਥੇ ਹੈ, ਉਹਨਾਂ ਦੇ ਵਾਸਤੇ ਵੀ ਕੁਛ ਨਾ ਕੁਛ ਪਾਵਰਾਂ ਹੋਣ, ਪਰ ਜੇ ਇਹਨਾਂ ਨੂੰ ਪਾਵਰ ਇਹਨਾਂ ਨੇ ਬੰਦੇ ਮਤਲਬ ਅਫਸਰ ਅਪੁਆਇੰਟ ਕਰਨ ਦੀ ਨਹੀਂ ਦੇਣੀ ਤੇ ਉਹਨਾਂ ਦੀ ਬਦਲੀ ਕਰਨ ਦੀ ਨਹੀਂ ਦੇਣੀ, ਤੇ ਫਿਰ ਉਹ ਕੀ ਦੇਣਗੇ ਉਹਨੂੰ? ਮਤਲਬ ਉਹ ਤਾਂ ਹੋਇਆ ਨਾ ਵੀ ਸਰਪੰਚ ਮੋਦੀ ਸਾਹਿਬ ਨੇ ਤੇ ਪੰਚ ਹੈਗੇ ਨੇ ਕੇਜਰੀਵਾਲ, ਤੇ ਪੰਚਾਇਤ ਸੈਕਟਰੀ ਬਣ ਗਏ ਨਜੀਬ ਜੰਗ। ਬਿਲਕੁਲ, ਕੰਮ ਇਸ ਤਰ੍ਹਾਂ ਤਾਂ ਠੀਕ ਨਹੀਂ ਚੱਲਣਾ ਜੀ। ਬਿਲਕੁਲ ਜੀ, ਇਹ ਸਾਰੀ ਸਿਸਟਮ ਦੇ ਵਿੱਚ ਇੱਕ ਚੇਂਜ ਲਿਆਉਣ ਦੀ ਲੋੜ ਆ ਮੇਰੇ ਖਿਆਲ ਆ। ਅਸੀਂ ਆਸ ਕਰਦੇ ਹਾਂ ਕਿ ਬਾਕੀ ਪਾਰਟੀਆਂ, ਕਿਉਂਕਿ ਆਮ ਆਦਮੀ ਪਾਰਟੀ ਦੀ ਪਾਰਲੀਮੈਂਟ ਦੇ ਵਿੱਚ ਬਹੁਮਤ ਨਹੀਂ, ਵੈਸੇ ਤਾਂ ਸਾਰੀਆਂ ਪਾਰਟੀਆਂ ਦੀ ਮਿਲਾ ਕੇ ਵੀ ਬਹੁਮਤ ਨਹੀਂ, ਪਰ ਐਟਲੀਸਟ ਇੱਕ ਰੌਲਾ ਜ਼ਰੂਰ ਪੈ ਸਕਦਾ ਵਾ, ਇੱਕ ਮਸਲਾ ਚੰਗੀ ਤਰ੍ਹਾਂ ਉੱਠ ਸਕਦਾ ਵਾ। ਮੇਰਾ ਖਿਆਲ ਆ ਕਾਂਗਰਸ ਨੂੰ ਔਰ ਬਾਕੀ ਜਿੰਨੀਆਂ ਵੀ ਵਿਰੋਧੀ ਧਿਰਾਂ ਵਾਂ ਉਹਦੇ ਵਿੱਚ, ਅੰਨਾ DMK, AI DMK ਵਗੈਰਾ ਵਗੈਰਾ, ਉਹਨਾਂ ਸਾਰਿਆਂ ਨੂੰ ਇਹ ਮਸਲਾ ਜ਼ਰੂਰ ਚੁੱਕਣਾ ਚਾਹੀਦਾ ਵਾ, ਕਿਉਂਕਿ ਇਹ ਸਟੇਟਾਂ ਦੇ ਅਧਿਕਾਰਾਂ ਦਾ ਮਸਲਾ ਵਾ। ਔਰ ਹੁਣ ਸਮਾਂ ਆ ਗਿਆ ਵਾ ਜਦੋਂ ਦਿੱਲੀ ਨੂੰ ਸਟੇਟ ਦਾ ਦਰਜਾ ਦਿੱਤਾ ਗਿਆ ਸੀ, ਉਦੋਂ ਸ਼ਾਇਦ ਲੋੜ ਸੀਗੀ, ਉਦੋਂ ਸ਼ਾਇਦ ਲੱਗਦਾ ਹੋਣਾ ਵਾ ਕਿ ਕੁਝ ਪਾਵਰਾਂ ਜਿਹੜੀਆਂ ਵਾ ਉਹ ਸੈਂਟਰ ਆਪਣੇ ਕੋਲ ਰੱਖੇ, ਲੇਕਿਨ ਹੁਣ ਸਮਾਂ ਆ ਗਿਆ ਵਾ ਕਿ ਦਿੱਲੀ ਦੇ ਵਿੱਚ ਇੱਕ ਪ੍ਰੋਪਰ ਉਹਨੂੰ ਸਟੇਟ ਮੰਨਿਆ ਜਾਵੇ ਔਰ ਜੋ ਪਾਵਰਸ ਦੇਣ ਦੀ ਲੋੜ ਆ, ਜੇ ਸਾਰੀਆਂ ਪਾਰਟੀਆਂ ਸਪੋਰਟ ਕਰਨਗੀਆਂ ਤਾਂ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਜ਼ਰੂਰ ਉੱਠ ਸਕਦਾ। ਆਮ ਆਦਮੀ ਪਾਰਟੀ ਕੋਲ ਸਿਰਫ 4 ਮੈਂਬਰ ਨੇ, ਉਹ 4 ਮੈਂਬਰ ਵੀ ਪੰਜਾਬ ਦੇ ਨੇ ਔਰ ਉਹ ਸਿਰਫ ਆਪਸ ਦੇ ਵਿੱਚ ਇਹ ਮਸਲਾ ਨਹੀਂ ਚੁੱਕ ਸਕਣਗੇ। ਅਸੀਂ ਆਸ ਕਰਦੇ ਹਾਂ ਵੀ ਬਾਕੀ ਪਾਰਟੀਆਂ ਵੀ ਉੱਥੇ ਇਸ ਮਸਲੇ ਨੂੰ ਜ਼ਰੂਰ ਚੁੱਕਣਗੀਆਂ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਔਰ ਉਹਨਾਂ ਦਾ ਵੀ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਾਂ। ਹੈਲੋ,
ਹੈਲੋ ਹੈਲੋ ਹਾਂਜੀ ਹਾਂਜੀ ਹੈਲੋ ਹਾਂਜੀ ਭਾਈ ਜਾਨ ਹੈਲੋ ਮੈਂ ਪ੍ਰਹਲਾਦ ਸਿੰਘ ਬੋਲ ਰਿਹਾ ਜੀ ਹਾਂਜੀ ਆਵਾਜ਼ ਆ ਰਹੀ ਜੀ ਦੱਸੋ ਪ੍ਰਹਲਾਦ ਸਿੰਘ ਜੀ ਕੀ ਕਹਿਣਾ ਪ੍ਰਹਲਾਦ ਸਿੰਘ ਮੈਂ ਮਿਨੀਸੋਟਾ ਬੋਲ ਰਿਹਾ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਦੇ ਨਾਲ ਜੋ ਨਾਨ ਬੀਜੇਪੀ ਗੌਰਮੈਂਟਸ ਨੇ ਜੀ ਜੋ ਨਾਨ ਬੀਜੇਪੀ ਗੌਰਮੈਂਟਸ ਨੇ ਇਨ ਅਦਰ ਸਟੇਟਸ ਉਹ ਕੇਜਰੀਵਾਲ ਦੀ ਮਦਦ ਕਰਨ ਬਿਲਕੁਲ ਜੀ ਮੈਂ ਵੀ ਇਹੋ ਹੀ ਕਹਿ ਕੇ ਹਟਿਆ ਵਾਂ ਮੈਂ ਤਾਂ ਪਾਰਲੀਮੈਂਟ ਦੀ ਗੱਲ ਕੀਤੀ ਤੁਸੀਂ ਨੋਨ ਬੀਜੇਪੀ ਗਵਰਨਮੈਂਟ ਸਟੇਟਸ ਦੇ ਵਿੱਚ ਉਹ ਵੀ ਗੱਲ ਕੀਤੀ ਬਿਲਕੁਲ ਸਹੀ ਆ ਜੇ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਵਿਰੋਧੀ ਧਿਰਾਂ ਚੁੱਕਣ ਨਾਲ ਜਿਹੜੀਆਂ ਨੋਨ ਬੀਜੇਪੀ ਸਟੇਟਸ ਇਹ ਮਸਲਾ ਚੁੱਕਣ ਅਤੇ ਇਹ ਕਾਫੀ ਸਟਰੈਂਥ ਬਣ ਜਾਊਗੀ ਸਰਕਾਰ ਦੇ ਉੱਤੇ ਦਬਾਅ ਪੈ ਜੂਗਾ ਵੀ ਦਿੱਲੀ ਨੂੰ ਇੱਕ ਪ੍ਰੋਪਰ ਲੋਕਤੰਤਰ ਦਾ ਢਾਂਚਾ ਜਿਹੜਾ ਵਾ ਉਹ ਦਿੱਤਾ ਜਾਵੇ ਉਸ ਤੋਂ ਬਾਅਦ ਫਿਰ ਕੇਜਰੀਵਾਲ ਨੂੰ ਤੁਸੀਂ ਜ਼ਿੰਮੇਵਾਰ ਠਹਿਰਾ ਸਕੋਗੇ ਵੀ ਤੁਸੀਂ ਆਹ ਕੀਤਾ ਜਾਂ ਨਹੀਂ ਕੀਤਾ ਫਿਰ ਉਹਨਾਂ ਦੀ ਪੂਰੀ ਰਿਸਪੋਂਸਿਬਿਲਟੀ ਉਹਨਾਂ ਦੀ ਡੈਫੀਨੇਟਲੀ ਬਣੂਗੀ ਪ੍ਰਤਾਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਇੱਕ ਤੁਸੀਂ ਨਵਾਂ ਇੱਕ ਪਰਸਪੈਕਟਿਵ ਇਸ ਮਸਲੇ ਨੂੰ ਦਿੱਤਾ ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਉਹਨਾਂ ਦਾ ਵੀ ਉਹਨਾਂ ਦੇ ਸੁਝਾਅ ਜਿਹੜੇ ਆ ਉਹ ਤੁਹਾਡੇ ਨਾਲ ਸਾਰਿਆਂ ਦੇ ਨਾਲ ਸਾਂਝੇ ਕਰਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਗੱਲ ਕਰਨੀ ਸੀ ਜੀ ਕਿੱਥੋਂ ਬੋਲ ਰਹੇ ਤੁਸੀਂ ਮੈਂ ਫਰੀਦਕੋਟ ਤੋਂ ਬੋਲ ਰਿਹਾ ਜੀ ਕੌਣ ਬੋਲ ਰਹੇ ਮੇਰਾ ਨਾਂ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਜੀ ਦੱਸੋ ਦੱਸੋ ਕੀ ਵਿਚਾਰ ਹੈ ਤੁਹਾਡਾ ਮੇਰਾ ਵਿਚਾਰ ਇਹ ਆ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਸੀ ਜਦੋਂ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਸੀ ਜੀ ਹਾਂਜੀ ਉਦੋਂ ਉਹਦਾ ਏਜੰਡਾ ਇਹ ਸੀ ਜਿਹੜਾ ਵੀ ਬੰਦਾ ਹੋਊ ਅੰਮ੍ਰਿਤਧਾਰੀ ਹੋਊ ਪੰਜ ਬਾਣੀਆਂ ਉਹਨੂੰ ਆਉਣੀਆਂ ਚਾਹੀਦੀਆਂ ਹੋਣ ਜਾਂ ਗੁਰਸਿੱਖ ਪੂਰਾ ਹੋਊਗਾ ਤੇ ਸਾਡਾ ਜਿਹੜਾ ਸ਼੍ਰੋਮਣੀ ਕਮੇਟੀ ਦਲ ਦਾ ਪ੍ਰਧਾਨ ਆ ਉਹ ਤਾਂ ਦਿਹਾੜੀ 'ਚ 100 ਝੂਠ ਬੋਲਦਾ ਤੇ ਗੁਰਸਿੱਖ ਤਾਂ ਹੈ ਹੀ ਨਹੀਂ ਪਹਿਲਾਂ ਤਾਂ ਇਹਨਾਂ ਨੂੰ ਕਹਿਣਾ ਹੀ ਨਹੀਂ ਚਾਹੀਦਾ ਸ਼੍ਰੋਮਣੀ ਕਮੇਟੀ ਓਕੇ ਦੂਜੀ ਗੱਲ ਇਹ ਆ ਜੀ ਜਿਹੜਾ ਦਿੱਲੀ ਦਾ ਮਸਲਾ ਜਿਵੇਂ ਮੋਦੀ ਸਾਹਿਬ ਨੇ ਕਿਹਾ ਸੀ ਚੰਗੇ ਦਿਨ ਆਉਣਗੇ ਤੇ ਮੈਂ ਤਾਂ ਇਹ ਕਹਿਣਾ ਜਦੋਂ ਚੰਗੇ ਦਿਨ ਆਉਣਗੇ ਲੋਕੀ ਸਾਰੇ ਬਹਿ ਕੇ ਰੋਣਗੇ ਇੰਨੀ ਬਹੁਤ ਹੈ ਜੀ ਮੇਰੀ ਨਹੀਂ ਜੇ ਚੰਗੇ ਦਿਨ ਆਉਣਗੇ ਫਿਰ ਰੋਣਗੇ ਕਿਉਂ ਲੋਕੀ ਨਾ ਚੰਗੇ ਦਿਨ ਆਉਣ ਤੇ ਨਾ ਲੋਕੀ ਲੋਕਾਂ ਨੇ ਰੋਣਾ ਹੀ ਰੋਣਾ ਜਦੋਂ ਚੰਗੇ ਦਿਨ ਆਏ ਨੀ ਜੇ ਮਿਹਰਬਾਨੀ ਦਰਸ਼ਨ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਬੜਾ ਇੰਟਰਸਟਿੰਗ ਪਰਸਪੈਕਟਿਵ ਤੁਸੀਂ ਦਿੱਤਾ ਵਾ ਇੱਕ ਹੋਰ ਸੱਜਣ ਸਾਡੇ ਨਾਲ ਨੇ ਉਹਨਾਂ ਦੀ ਗੱਲ ਸੁਣ ਕੇ ਫਿਰ ਸਾਨੂੰ ਪ੍ਰੋਗਰਾਮ ਦੀ ਸਮਾਪਤੀ ਕਰਨੀ ਪਊ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਗੁਰਚਰਨ ਬੋਲਦੀ ਹਾਂ ਹਾਂਜੀ ਗੁਰਚਰਨ ਕੌਰ ਜੀ ਬਹੁਤ ਚੰਗਾ ਤੁਸੀਂ ਕਾਲ ਕੀਤਾ ਨਹੀਂ ਤੇ ਅੱਜ ਮੈਂ ਵੇਖ ਰਿਹਾ ਸੀ ਵੀ ਅੱਜ ਕਿਸੇ ਬੀਬੀ ਦੀ ਕਾਲ ਹੀ ਨਹੀਂ ਆਈ ਜੀ ਅੱਛਾ ਜੀ ਵੀਰ ਜੀ ਅਸਲ ਤਾਂ ਦਿੱਲੀ ਦੇ ਲੋਕਾਂ ਨਾਲ ਧੋਖਾ ਹੋਇਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਨਕਾਰਿਆ ਸੀ ਤਿੰਨ ਸੀਟਾਂ ਤੇ ਭਾਜਪਾ ਸਹਿਮਟ ਤੇ ਰਹਿ ਸਹਿਮਟ ਕੇ ਰਹਿ ਗਈ ਸੀ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਬਿਠਾਇਆ ਜਾਂਦਾ ਜੀ ਤੇ ਉਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਪਹਿਲਾਂ ਨਕਾਰਿਆ ਨਰਿੰਦਰ ਮੋਦੀ ਨੁੱਕੜ ਮੀਟਿੰਗਾਂ ਕਰਨ ਤੱਕ ਗਲੀਆਂ 'ਚ ਉਤਰੇ ਪਰ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਤੇ ਹੁਣ ਫਿਰ ਉਹਨਾਂ ਨੂੰ ਉਹਨਾਂ ਦੇ ਉੱਪਰ ਬਹਾਇਆ ਜਾਂਦਾ ਬਿਲਕੁਲ ਬਿਲਕੁਲ ਗੁਰਚਰਨ ਕੌਰ ਜੀ ਸਹੀ ਤੁਸੀਂ ਕਿਹਾ ਕਿ ਭਾਜਪਾ ਵੱਲੋਂ ਤਾਂ ਟੋਟਲ ਸਪੋਰਟ ਮਿਲਣੀ ਚਾਹੀਦੀ ਆ ਕਿਉਂਕਿ ਜਿਹੜੀ ਪਾਰਟੀ ਬਿਲਕੁਲ ਵਾਈਪ ਆਊਟ ਹੋ ਗਈ ਪਿਛਲੀਆਂ ਚੋਣਾਂ ਦੇ ਵਿੱਚ ਉਹਨੂੰ ਇਸ ਤਰ੍ਹਾਂ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜਿਹੜੀ ਇੱਕ ਪਾਰਟੀ ਦੀ ਇਸ ਵੇਲੇ ਆਮ ਆਦਮੀ ਪਾਰਟੀ ਦੀ ਬਹੁਤ ਚੰਗੀ ਬਹੁਮਤ ਆ ਉਸ ਬਹੁਮਤ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਆ ਉਹਦੀ ਸਪੋਰਟ ਕਰਨੀ ਚਾਹੀਦੀ ਆ ਔਰ ਉਹਨਾਂ ਦੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਜੋ ਉੱਥੇ ਇਸ ਵੇਲੇ ਹੋ ਰਿਹਾ ਵਾ ਹੋਰ ਵੀ ਕੁਛ ਕਹਿਣਾ ਚਾਹੁੰਦੇ ਜੀ ਗੁਰਚਰਨ ਕੌਰ ਜੀ ਹਾਂਜੀ ਇਹ ਤ੍ਰਾਸਦੀ ਹੋਈ ਆ ਹੁਣ ਅਰੁਣ ਜੇਤਲੀ ਪੰਜਾਬ 'ਚ ਬੁਰੀ ਤਰ੍ਹਾਂ ਹਾਰ ਕੇ ਗਏ ਤੇ ਉਹਨਾਂ ਨੂੰ ਕਿੱਡਾ ਵੱਡਾ ਅਹੁਦਾ ਦਿੱਤਾ ਹੋਇਆ ਸਿਮਰਤੀ ਇਰਾਨੀ ਹਾਰੀ ਤੇ ਉਹਨੂੰ ਤਾਂ ਫਿਰ ਲੋਕਾਂ ਦੇ ਮੰਤਰੀ ਬਣਾ ਕੇ ਉੱਪਰ ਵਹਾਇਆ ਜਾਂਦਾ ਆ ਕੁਛ ਆਪਣੇ ਲੋਕਾਂ ਨੂੰ ਆਦਤ ਆ ਬਈ ਗੁਲਾਮੀ ਹਾਰਿਆਂ ਹੋਇਆਂ ਦੇ ਅੰਡਰ ਰਹਿਣ ਦੀ ਜੀ ਇਹ ਇੱਕ ਐਕਚੁਅਲੀ ਸਾਡੇ ਸੰਵਿਧਾਨ ਦੇ ਵਿੱਚ ਇੱਕ ਵੀਕਨੈਸ ਆ ਮੇਰੇ ਖਿਆਲ ਇੱਕ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਸੋਧ ਲਿਆਉਣ ਦੀ ਲੋੜ ਆ ਵੀ ਜਦੋਂ ਕੋਈ ਬੰਦਾ ਇਲੈਕਸ਼ਨ ਹਾਰ ਜਾਂਦਾ ਵਾ ਕਿਉਂਕਿ ਸਾਡੀ ਇੱਕ ਡੈਮੋਕ੍ਰੇਟਿਕ ਇਲੈਕਟਡ ਗਵਰਨਮੈਂਟਸ ਆ ਜਦੋਂ ਕੋਈ ਬੰਦਾ ਹਾਰ ਜਾਂਦਾ ਵਾ ਉਸ ਤੋਂ ਬਾਅਦ ਉਹਨਾਂ ਨੂੰ ਇਹੋ ਜਿਹਾ ਅਹੁਦਾ ਐਟਲੀਸਟ ਜਿਹਨਾਂ 'ਚ ਤਾਂ ਕੋਈ ਜਿੱਤਦੇ ਨਹੀਂ ਗੇ ਜਾਂ ਤਾਂ ਉਹ ਇਲੈਕਸ਼ਨ ਹੀ ਨਾ ਲੜਨ ਔਰ ਦੂਸਰਾ ਮੇਰੇ ਖਿਆਲ ਜਿੰਨੇ ਵੀ ਮਿਨਿਸਟਰ ਆ ਉਹ ਸਾਰੇ ਲੋਕ ਸਭਾ ਤੋਂ ਹੋਣੇ ਚਾਹੀਦੇ ਆ ਰਾਜ ਸਭਾ ਦੇ ਮੰਤਰੀ ਜਿਹੜੇ ਆ ਉਹ ਨਹੀਂ ਬਣਾਉਣੇ ਚਾਹੀਦੇ ਰਾਜ ਸਭਾ ਦੇ ਮੈਂਬਰ ਸਿਰਫ ਡਿਬੇਟਸ ਦੇ ਵਿੱਚ ਹਿੱਸਾ ਲਾਉਣ ਇਹੋ ਹੀ ਸਿਸਟਮ ਹੋਣਾ ਚਾਹੀਦਾ ਗੁਰਚਰਨ ਕੌਰ ਜੀ ਬਹੁਤ ਬਹੁਤ ਧੰਨਵਾਦ ਇੱਕ ਬਹੁਤ ਇੰਪੋਰਟੈਂਟ ਮਸਲਾ ਤੁਸੀਂ ਸਾਡੇ ਸਾਹਮਣੇ ਲਿਆਂਦਾ ਹੁਣ ਅੱਜ ਇੰਨਾ ਹੀ ਹੁਣ ਆਪਾਂ ਵੀਕਐਂਡ ਤੋਂ ਬਾਅਦ ਮਿਲਾਂਗੇ ਵੀਕਐਂਡ ਇੰਜੋਏ ਕਰੋ ਕਿਉਂਕਿ ਮਸ਼ਹੂਰ ਗਾਇਕ ਅਤੇ ਐਕਟਰ ਹਰਭਜਨ ਮਾਨ ਕੈਨੇਡਾ ਵਾਸੀ ਨੇ ਕੈਨੇਡਾ 'ਚ ਰਹਿੰਦੇ ਨੇ ਮੈਂ ਦੱਸਣਾ ਚਾਹੁੰਦਾ ਵਾਂ ਵੀ ਅਗਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੀ ਨਵੀਂ ਫਿਲਮ ਗੱਦਾਰ ਜਿਹਦੇ 'ਚੋਂ ਇੱਕ ਨਵੇਂ ਰੂਪ ਦੇ ਵਿੱਚ ਆ ਰਹੇ ਆ ਉਹ ਅਗਲੇ ਹਫ਼ਤੇ ਰਿਲੀਜ਼ ਹੋਣ ਜਾ ਰਹੀ ਆ ਜਦੋਂ ਇਹ ਫਿਲਮ ਮੇਰੇ ਖਿਆਲ 29 ਨੂੰ ਸ਼ਾਇਦ ਰਿਲੀਜ਼ ਹੋਣੀ ਆ ਜਦੋਂ ਰਿਲੀਜ਼ ਹੋਊਗੀ ਵੇਖਿਓ ਅਤੇ ਆਪਾਂ ਵਿਚਾਰ ਵੀ ਸਾਂਝੇ ਕਰਾਂਗੇ ਕਿ ਇਹ ਨਵਾਂ ਰੂਪ ਜਿਹੜਾ ਵਾ
ਨਵਾਂ ਰੋਲ ਜਿਹੜਾ ਵਾ ਉਹਨਾਂ ਨੂੰ ਸੂਟ ਕਰਦਾ ਕਿ ਨਹੀਂ ਕਰਦਾ। ਸੋ ਆਪਣਾ ਵੀਕਐਂਡ ਹੁਣ ਇੰਜੋਏ ਕਰੋ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।